ਜਦੋਂ 2017 ਦਾ ਨਤੀਜਾ ਆਇਆ ਸੀਗਾ ਤਾਂ ਉਦੋਂ ਵੀ ਇੱਕ ਰੋਲਾ ਪਿਆ ਸੀਗਾ ਕਿ ਬਾਦਲਾਂ ਨੂੰ ਅੰਦਰ ਡੱਕ ਦੇਣਾ ਜੋ ਸਾਡੀ ਸਰਕਾਰ ਆ ਗਈ ਤਾਂ ਉਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਸੀ ਤੇ ਉਸ ਤੋਂ ਬਾਅਦ ਰੋਲਾ ਇੰਨਾ ਪੈਣਾ ਸ਼ੁਰੂ ਹੋ ਗਿਆ ਕਿ ਬਾਦਲਾਂ ਨੂੰ ਜੇਲ੍ਹਾਂ 'ਚ ਕਦੋਂ ਡੱਕੋਗੇ। ਮੈਂ ਕੇਪੀ ਸਿੰਘ ਟੂ ਦਾ ਪੁਆਇੰਟ ਤੁਹਾਡਾ ਸਭ ਦਾ ਸਵਾਗਤ ਕਰਦਾ। ਹੁਣ ਫਿਰ ਇਹ ਆਵਾਜ਼ ਉੱਠਣੀ ਸ਼ੁਰੂ ਹੋ ਗਈ 2022 ਤੋਂ ਪਹਿਲਾਂ। ਇਹ ਆਵਾਜ਼ ਖੁਦ ਸੁਖਬੀਰ ਸਿੰਘ ਬਾਦਲ ਨੇ ਚੱਕ ਦਿੱਤੀ ਹੈ। ਉਹ ਕਹਿੰਦੇ ਕਿ ਮੀਟਿੰਗਾਂ ਕੀਤੀਆਂ ਜਾ ਰਹੀਆਂ ਅਤੇ ਸ਼ਰਤਾਂ ਰੱਖੀਆਂ ਜਾ ਰਹੀਆਂ ਅਫਸਰਸ਼ਾਹੀ ਦੇ ਅੱਗੇ। ਜੇ ਬਾਦਲਾਂ ਨੂੰ 20 ਦਿਨਾਂ 'ਚ ਅੰਦਰ ਕਰ ਦੋਗੇ ਤਾਂ ਫਿਰ ਤੁਸੀਂ ਆ ਜਾਓ, ਤੁਹਾਨੂੰ ਅਹੁਦਾ ਦੇ ਦਿੰਦੇ ਹਾਂ। ਇਹੋ ਜਿਹੇ ਇਲਜ਼ਾਮ ਹੈ ਸੁਖਬੀਰ ਸਿੰਘ ਬਾਦਲ ਨੇ ਨਵੀਂ ਕਾਂਗਰਸ ਸਰਕਾਰ 'ਤੇ ਲਗਾਏ ਆ, ਜਿਹਦੇ ਵਿੱਚ ਮਿਸਟਰ ਸਿੱਧੂ, ਸੁਖਜਿੰਦਰ ਸਿੰਘ ਰੰਧਾਵਾ ਇਹ ਸਭ ਨਿਸ਼ਾਨੇ 'ਤੇ ਹੈਗੇ ਆ। ਅਸੀਂ ਇੱਕੋ ਸਵਾਲ ਪੁੱਛਾਂਗੇ, ਬਾਦਲ ਦੇ 20 ਵਾਲੇ ਤੀਰ 'ਚ ਕਿੰਨਾ ਦਮ? ਸੁਖਬੀਰ ਸਿੰਘ ਬਾਦਲ ਨੇ ਇਲਜ਼ਾਮ ਕੀ ਲਾਏ ਪਹਿਲਾਂ ਉਹ ਸੁਣ ਲਈਏ। ਜਿਹੜੇ ਅਫਸਰਾਂ ਨੂੰ ਬੁਲਾ ਰਹੇ ਨਵਜੋਤ ਸਿੱਧੂ ਅਤੇ ਜਿਹੜੇ ਇਹਨਾਂ ਦੇ ਸੁੱਖੀ ਰੰਧਾਵਾ ਅਫਸਰਾਂ ਬੁਲਾਉਂਦੇ ਆ, ਹੁਣ ਕਹਿੰਦੇ ਤੁਸੀਂ 20 ਦਿਨਾਂ 'ਚ ਅਕਾਲੀਆਂ ਨੂੰ ਅੰਦਰ ਕਰ ਸਕਦੇ ਹੋ। ਅਫਸਰਾਂ ਦੀ ਅਪੁਆਇੰਟਮੈਂਟ ਅਕਾਲੀਆਂ ਨੂੰ ਅੰਦਰ ਕਰਨ 'ਤੇ ਹੋ ਬੇਸਿਸ 'ਤੇ ਹੋ ਰਹੀ ਹੈ। ਐਂ ਨਹੀਂ ਹੋ ਰਹੀ ਕਿ ਤੁਸੀਂ ਸਾਡੇ ਆਟਾ ਦਾਲ ਦੀ ਇੰਪਲੀਮੈਂਟ ਕਰੋਗੇ, ਨੌਕਰੀਆਂ ਇੰਪਲੀਮੈਂਟ ਕਰੋਗੇ, ਸਾਰੀਆਂ ਜੋ ਮੈਨੀਫੈਸਟੋ ਦੀ ਗੱਲਾਂ ਇੰਪਲੀਮੈਂਟ ਕਰੋਗੇ, ਉਹਦੀ ਤਾਂ ਗੱਲ ਹੀ ਨਹੀਂ ਹੋ ਰਹੀ। ਕੋਈ ਲਾਅ ਐਂਡ ਆਰਡਰ ਖਰਾਬ ਹੈ, ਉਹਨੂੰ ਠੀਕ ਕਰਨ ਦੀ ਗੱਲ ਹੀ ਨਹੀਂ ਹੋ ਰਹੀ। ਗੱਲ ਹੋ ਰਹੀ ਹੈ ਕਿ ਦੱਸੋ 20 ਦਿਨਾਂ ਦੇ ਅੰਦਰ ਅਕਾਲੀ ਕੌਣ ਅੰਦਰ ਕਰ ਸਕਦਾ ਹੈ? ਇਸ ਬੇਸਿਸ 'ਤੇ ਹੋ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਨਾ ਜੇਲ੍ਹਾਂ ਤੋਂ ਡਰੇ ਕਿ ਫੈਸਲੇ ਆ ਸਰਕਾਰ ਉਹ ਕਰੇ ਜਿਹੜੇ ਪੰਜਾਬ ਦੀ ਜਨਤਾ ਦੇ ਹਿੱਤ 'ਚ ਹੋਣ। ਕੋਈ ਪੋਲੀਟੀਕਲ ਵੈਂਡੇਟਾ ਜਾਂ ਕੋਈ ਇਹੋ ਜਿਹਾ ਡਰਾਮਾ ਨਾ ਕਰਾਂ। ਇਲੀਗਲ ਕੀ ਕਰਦੇ ਹੋ? ਜਿਵੇਂ ਉਹਨਾਂ ਨੇ DGP ਲਾਉਣਾ ਹੈ, DGP ਨੂੰ ਬੁਲਾ ਕੇ ਕਿਹਾ ਕਾਨੂੰਨ ਨਹੀਂ ਦੇਖਣਾ, ਆਪਾਂ ਅੰਦਰ ਅਕਾਲੀਆਂ ਨੂੰ ਕਰਨਾ ਬਣੇਗਾ। ਜੇ ਕਹ ਹਾਂ ਕਰ ਦੂੰਗਾ ਜੀ, ਆ ਲੈ DGP ਦੇ ਆਰਡਰ। ਇਹੋ ਜਿਹੇ ਫੈਸਲੇ ਨਾ ਕਰ ਲੈਣ ਜਿਹਦਾ ਪੰਜਾਬ ਦਾ ਨੁਕਸਾਨ ਹੋ ਜਾਵੇ। ਆਪਣੀ ਚੌਧਰ ਦਿਖਾਉਣ ਵਾਸਤੇ ਫੈਸਲੇ ਉਹ ਕਰਨ ਜਿਹੜਾ ਪੰਜਾਬ ਦਾ ਫਾਇਦਾ ਹੋਏ, ਫੈਸਲੇ ਉਹ ਨਾ ਕਰਨ ਜਿਹੜਾ ਇਕੱਲਾ ਮੀਡੀਆ ਦੀ ਹੈਡਲਾਈਨਸ ਕਰਕੇ ਪਰ ਜਿਨ੍ਹਾਂ ਦਾ ਪੰਜਾਬ ਦਾ ਨੁਕਸਾਨ ਹੋ ਜਾਵੇ। ਸ਼੍ਰੋਮਣੀ ਅਕਾਲੀ ਦਲ ਸਾਨੂੰ ਕੋਈ ਪਰਵਾਹ ਨਹੀਂ, ਕੋਈ ਫਿਕਰ ਨਹੀਂ, ਨਾ ਸਾਨੂੰ ਕੋਈ ਡਰ ਹੈ। ਜੇ ਭਾਵੇਂ ਤੁਸੀਂ ਕਰੋਗੇ ਭਾਵੇਂ 20 ਦਿਨ 30 ਦਿਨ, ਸਾਨੂੰ ਕੀ ਹੈ? ਪਰ ਮੈਂ ਇੰਨਾ ਕਹਿਣਾ ਚਾਹੁੰਦਾ, ਆਹ ਜਿਹੜੀ ਪੋਲੀਟਿਕਸ ਹੈ, ਜੇ ਸਰਕਾਰ ਬਣੀ ਹੈ, ਸਰਕਾਰ ਦੀ ਜੋ ਜ਼ਿੰਮੇਵਾਰੀ ਹੁੰਦੀ ਹੈ ਉਹ ਜ਼ਿੰਮੇਵਾਰੀ ਨਿਭਾਉਣ। ਵੱਡਾ ਸਵਾਲ ਇਸ ਡਿਬੇਟ ਦੇ ਵਿੱਚ ਅਸੀਂ ਇਹ ਪੁੱਛ ਰਹੇ ਹਾਂ ਕਿ ਪੰਜਾਬ ਦੀ ਸੱਤਾ 'ਚ ਨਵਾਂ ਕਪਤਾਨ ਆਉਂਦਿਆਂ ਹੀ ਬਾਦਲਾਂ ਨੂੰ ਜੇਲ੍ਹ ਦਾ ਖਤਰਾ ਕਿਉਂ? ਇਸ ਸਵਾਲ 'ਤੇ ਬਹਿਸ ਹੋਵੇਗੀ। ਪੈਨਲ ਜਿਹੜਾ ਸਾਡੇ ਨਾਲ ਹੈ ਉਹਦੇ ਨਾਲ ਤੁਹਾਡਾ ਤਾਰਫ ਕਰਾਉਣਾ ਅਤੇ ਉਸ ਤੋਂ ਬਾਅਦ ਇਹ ਬਹਿਸ ਸ਼ੁਰੂ ਕਰਾਂਗੇ। ਪ੍ਰੋਫੈਸਰ ਮਨਜੀਤ ਸਿੰਘ ਪੋਲੀਟੀਕਲ ਐਨਲਿਸਟ ਨੇ, ਅਰਸ਼ਪ੍ਰੀਤ ਸਿੰਘ ਖੜਿਆਲ ਕਾਂਗਰਸ ਸਪੋਕਸਪਰਸਨ ਹੈ, ਯੂਥ ਕਾਂਗਰਸ ਨਾਲ ਜੁੜੇ ਹੋਏ ਆ, ਹਰਜੀਤ ਸਿੰਘ ਭੁੱਲਰ ਸ਼੍ਰੋਮਣੀ ਅਕਾਲੀ ਦਲ ਸਪੋਕਸਪਰਸਨ ਹੈ, ਮਲਵਿੰਦਰ ਸਿੰਘ ਕੰਗ ਆਮ ਆਦਮੀ ਪਾਰਟੀ ਸਪੋਕਸਪਰਸਨ, ਸਾਰੇ ਮਹਿਮਾਨਾਂ ਦਾ ਬਹੁਤ ਸਵਾਗਤ ਕਰਦੇ ਜੀ। ਸਭ ਤੋਂ ਪਹਿਲਾਂ ਸਵਾਲ ਖੜਿਆਲ ਸਾਹਿਬ, ਖੜਿਆਲ ਸਾਹਿਬ ਬਾਦਲ ਸਾਹਿਬ ਨੇ ਜਿਹੜਾ ਬਿਆਨ ਦਿੱਤਾ, ਉਹ ਬਿਆਨ ਸਿਆਸੀ ਬਿਆਨ ਹੈ ਜਾਂ ਤੁਸੀਂ ਤਿਆਰੀ ਕਰ ਚੁੱਕੇ ਹੋ? ਦੇਖੋ, ਚੋਰ ਕੀ ਦਾੜੀ ਮੇਂ ਤਿਨਕਾ ਵਾਲੀ ਗੱਲ ਹੈ, ਕਿਸੇ ਅਫਸਰ ਨੂੰ ਇਹ ਜਾਂ ਕੁਛ ਕਿਹਾ ਨਹੀਂ ਗਿਆ, ਲੇਕਿਨ ਇਹ ਜ਼ਰੂਰ ਹੈ ਕਿ ਮੁਲਜ਼ਮ ਉਹ ਹੈਗੇ ਨੇ। ਬੇਅਦਬੀ ਮਾਮਲੇ ਦੇ ਵਿੱਚ, ਗੁਰੂ ਸਾਹਿਬ ਦੀ ਬੇਅਦਬੀ ਤੋਂ ਵੱਡਾ ਮੁੱਦਾ ਪੰਜਾਬ ਲਈ, ਪੰਜਾਬ ਸਰਕਾਰ ਲਈ ਕੁਛ ਨਹੀਂ ਹੈਗਾ। ਥੇਅਰਫੋਰ ਇਹ ਤਾਂ ਚੀਕਾਂ ਮਾਰ ਰਹੇ, ਆਲਰੇਡੀ ਕਹਿ ਰਹੇ ਹੈ ਕਿ ਤੁਸੀਂ ਟਾਈਮ ਦੱਸੋ, ਜਗ੍ਹਾ ਦੱਸੋ, ਅਸੀਂ ਆਪ ਆ ਜਾਵਾਂਗੇ, ਅਰੈਸਟ ਕਰ ਲਿਓ। ਜੇ ਇੰਨੇ ਉਤਾਵਲੇ ਹੈ ਤਾਂ ਬਸ ਇੱਕ ਕਨਫੈਸ਼ਨ ਕਰ ਲਓ, ਇਹਨੂੰ ਐਕਸਟਰਾ ਜੁਡੀਸ਼ੀਅਲ ਕਨਫੈਸ਼ਨ ਵੀ ਕਹਿ ਦਿੰਦੇ ਆ, ਕਿਸੇ ਕੋਲ ਜਾ ਕੇ ਓਪਨਲੀ ਕਨਫੈਸ਼ਨ ਕਰ ਲਓ ਵੀ ਅਸੀਂ ਇਹਦੇ ਦੋਸ਼ੀ ਹੈ। ਹੋਰ ਵੀ ਸੌਖਾ ਹੋ ਜਾਊਗਾ ਤੇ ਜਲਦੀ ਅਰੈਸਟ ਹੋ ਜਾਓਗੇ ਤੇ ਪੰਜਾਬ ਦਾ ਜਿਹੜਾ ਇਨਸਾਫ ਪੰਜਾਬ ਉਡੀਕ ਰਿਹਾ ਸੀਗਾ ਉਹ ਪੂਰਾ ਹੋ ਜਾਊ। ਦੂਜੀ ਗੱਲ, ਮੈਨੂੰ ਇਹ ਨਹੀਂ ਸਮਝ ਆ ਰਿਹਾ ਕਿ ਇਸ ਚੀਜ਼ ਨੂੰ ਇਹ ਆਪ ਹੀ ਕਿਉਂ ਕਹੀ ਜਾਂਦੇ ਆ। ਇਹ ਬੇਸਿਕਲੀ ਝੂਠ ਬੋਲ ਰਹੇ ਆ, ਦੇਰ ਇਜ਼ ਨੋ ਬੇਸਿਸ ਟੂ ਇਟ। ਕਾਰਨ ਜੇ ਇਹ ਚੀਜ਼ ਹੋਊਗੀ, ਵਾਕਈ ਹੋਊਗੀ, ਇਹਨਾਂ ਨੂੰ ਇੱਕ ਮੁੱਦਾ ਮਿਲ ਜਾਊਗਾ ਕਿ ਦੇਖੋ ਅਸੀਂ ਤਾਂ ਕਹਿ ਰਹੇ ਸੀਗੇ, ਦੇਖੋ ਅਸੀਂ ਇਲਜ਼ਾਮ ਲਾਇਆ ਸੀਗਾ। ਸੋ ਬੇਸਿਕਲੀ ਦੇ ਆਰ ਟ੍ਰਾਇੰਗ ਟੂ ਬੀਟ ਅਰਾਊਂਡ ਦ ਬੁਸ਼, ਨਥਿੰਗ ਮੋਰ ਦੈਨ ਦੈਟ। ਅਗਲੀ ਗੱਲ, ਇਹਨਾਂ ਨੇ ਕਿਹਾ ਤੁਸੀਂ ਪਹਿਲਾਂ ਆਪਦੀ ਵੈਂਡੇਟਾ ਦੀ ਭੁੱਖ ਮਿਟਾ ਲਓ, ਥਰਸਟ ਮਿਟਾ ਲਓ, ਤੋਂ ਬਾਅਦ ਤੁਸੀਂ ਕੰਮ ਕਰ ਲਿਓ। ਮੈਂ ਅਕਾਲੀਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਤੋਂ ਵੱਡਾ ਕੰਮ ਕਾਂਗਰਸ ਲਈ, ਪੰਜਾਬ ਲਈ ਕੁਛ ਨਹੀਂ ਹੈਗਾ। ਦਿਸ ਇਜ਼ ਗੋਇੰਗ ਟੂ ਹੈਪਨ ਸੂਨਰ ਦੈਨ ਲੇਟਰ। ਜਿਹੜੇ ਵੀ ਦੋਸ਼ੀ ਹੋਣਗੇ ਉਹਨਾਂ ਨੂੰ ਜੇਲ੍ਹ 'ਚ ਸਿੱਟਿਆ ਜਾਊਗਾ ਤੇ ਇਨਸਾਫ਼ ਕੀਤਾ ਜਾਊਗਾ।
ਅਸ਼ਵੀ ਖੜਿਆਲ, ਤੁਹਾਡੀ ਪਾਰਟੀ ਸੱਤਾ ਚੋਣ ਤੋਂ ਪਹਿਲਾਂ ਇਹ ਕਹਿੰਦੀ ਰਹੀ ਹੈ ਕਿ ਬਾਦਲਾਂ ਨੂੰ ਅੰਦਰ ਡੱਕਾਂਗੇ ਅਸੀਂ, ਤੇ ਅੱਜ ਤੁਸੀਂ ਉਸ ਸਟੈਂਡ ਤੇ ਖੜੇ ਹੋ ਜਾਂ ਨਹੀਂ? ਨੰਬਰ 1 ਅਕਿਊਜ਼ਡ ਹੈਗੇ ਨੇ, ਉਹਦੇ ਕੋਈ ਦੋਰਾ ਨਹੀਂ। ਸਿੱਟ ਨੇ ਉਹਨਾਂ ਨੂੰ ਬੁਲਾਇਆ ਸੀਗਾ, ਉਹਦੇ ਵਿੱਚ ਕੋਈ ਦੋਰਾ ਨਹੀਂ। ਉਹਨੂੰ ਆਪਣਾ ਐਸਕੇਪ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਬਾਦਲ ਸਾਹਿਬ ਦੀ, ਜਦੋਂ ਗੱਲ ਹੋਈ ਮਾਇਆਵਤੀ ਜੀ ਨਾਲ, ਕਹਿੰਦੇ ਮੈਂ ਬਹੁਤ ਵਧੀਆ, ਲੰਚ ਤੇ ਆਓ, ਬੜਾ ਵਧੀਆ ਲੱਗੂਗਾ। ਜਦੋਂ ਸਿੱਟ ਨੇ ਇਹਨਾਂ ਨੂੰ ਕਿਹਾ ਕਿ ਤੁਸੀਂ ਪੇਸ਼ ਹੋ, ਕਹਿੰਦੇ ਮੈਂ ਤਾਂ ਜੀ ਬਿਮਾਰ ਹਾਂ, ਨਾਟ ਨਾਟ ਇਨ ਗੁੱਡ ਹੈਲਥ। ਹੁਣ ਇਹ ਦੱਸੋ, ਹੂ ਇਜ਼ ਬਲੋਇੰਗ ਹੌਟ ਐਂਡ ਕੋਲਡ ਐਟ ਦ ਸੇਮ ਟਾਈਮ? ਦੂਜਾ, ਇਨਸਾਫ ਦੇਖੋ, ਇੱਕ ਸਿੰਪਲ ਜੀ ਚੀਜ਼ ਹੈ, ਉਹ ਕਹਿੰਦੇ ਇਨਸਾਫ ਦੇ ਘਰ ਦੇਰ ਹੈ ਮਗਰ ਅੰਧੇਰ ਨਹੀਂ ਹੈਗੀ। ਥੇਅਰਫੋਰ ਇਹ ਫੈਸਲਾ ਹੋਊਗਾ। ਲਾਅ ਨੂੰ ਅਸੀਂ ਆਪਦੇ ਹੱਥ 'ਚ ਨਹੀਂ ਲੈ ਸਕਦੇ ਸੀਗੇ, ਕਿਉਂਕਿ ਹਾਈ ਕੋਰਟ ਨੇ ਇੰਟਰਵੀਨ ਕਰਕੇ ਸਿੱਟ ਨੂੰ ਕੁਐਸ਼ ਕੀਤਾ। ਪੰਜਾਬ ਸਰਕਾਰ ਡਿਡ ਇਟਸ ਜੋਬ, ਟਾਈਮ ਤੇ ਸਿੱਟ ਬਣੀ, ਟਾਈਮ ਤੇ ਚਲਾਨ ਪੇਸ਼ ਹੋਇਆ, ਹਾਈ ਕੋਰਟ ਨੇ ਉਹਨੂੰ ਇੰਟਰਵੀਨ ਕਰਕੇ ਕੁਐਸ਼ ਕੀਤਾ, ਅਸੀਂ ਉਹਨੂੰ ਵੀ ਚੈਲੰਜ ਕੀਤਾ ਸੁਪਰੀਮ ਕੋਰਟ ਬਾਇਸ ਪਟੀਸ਼ਨ। ਥੇਅਰਫੋਰ ਇਹ ਫੈਸਲਾ ਜਲਦੀ ਹੋਊਗਾ, ਤੇ ਜਿਹੜੇ ਅਕਿਊਜ਼ ਨੇ, ਪਰਪੇਟ੍ਰੇਟਰਸ ਨੇ, ਗਲਤ ਕੰਮ ਜਿਨ੍ਹਾਂ ਨੇ ਕੀਤਾ ਬੇਅਦਬੀ ਦਾ, ਉਹਨਾਂ ਨੂੰ ਸਜ਼ਾ ਮਿਲੂਗੀ ਤੇ ਬਹੁਤ ਜਲਦੀ ਮਿਲੂਗੀ। ਠੀਕ ਹੈ, ਹਰਜੀਤ ਸਿੰਘ ਬੁੱਲਰ। ਵੈਸੇ ਤਾਂ ਸੁਖਬੀਰ ਸਿੰਘ ਬਾਦਲ ਕਹਿੰਦੇ ਸਾਨੂੰ ਡਰ ਨਹੀਂ ਲੱਗਦਾ ਗਾ, ਸਾਨੂੰ ਜਦੋਂ ਮਰਜ਼ੀ ਤੁਸੀਂ ਦੱਸ ਦਿਓ, ਜਗ੍ਹਾ ਦੱਸ ਦਿਓ, ਅਸੀਂ ਆਪੇ ਆ ਜਾਵਾਂਗੇ। ਪਰ ਹਰਜੀਤ ਸਿੰਘ ਬੁੱਲਰ, ਆਮ ਲੋਕਾਂ ਵਿੱਚ ਇਹ ਮੰਨਿਆ ਜਾਂਦਾ ਜੋ ਡਰ ਲੱਗਦਾ ਹੋਵੇ ਤੇ ਉਦੋਂ ਬੰਦਾ ਇਹ ਬਿਆਨ ਦਿੰਦਾ। ਹਰਜੀਤ ਸਿੰਘ ਬੁੱਲਰ, 20 ਦਿਨ ਰਹਿ ਗਏ ਬਾਕੀ। ਦੇਖੋ, ਗੱਲ ਇਸ ਤਰ੍ਹਾਂ ਹੈਗੀ ਹੈ ਕਿ ਪਹਿਲਾਂ ਤਾਂ ਨਾ ਮੈਂ ਜਿਸ ਤਰ੍ਹਾਂ ਬੋਲ ਰਹੇ ਸੀਗੇ ਆਪਣੇ ਕਾਂਗਰਸ ਦੇ ਬੁਲਾਰੇ ਕਿ ਉਹ ਮੁਲਜ਼ਮ ਨੇ, ਇਹ ਕੌਣ ਹੁੰਦੇ ਉਹਨਾਂ ਨੂੰ ਮੁਲਜ਼ਮ ਕਹਿਣ ਵਾਲੇ? ਇਨਵੈਟ ਕੈਪੈਸਿਟੀ, ਇਹਨਾਂ ਦੀ ਕੈਪੈਸਿਟੀ ਕੀ ਹੈ ਉਹਨਾਂ ਨੂੰ ਮੁਲਜ਼ਮ ਕਹਿਣ ਦੀ? ਆਪਣੀ ਗੱਲ ਪੂਰੀ ਇੱਕ ਮਿੰਟ ਪੁਲਰ ਸਾਹਿਬ ਆਪਣੀ ਗੱਲ ਪੂਰੀ ਕਰੋ, ਉਸ ਤੋਂ ਬਾਅਦ ਮਿਸਟਰ ਖੜਿਆਲ ਆ ਰਿਹਾ ਤੁਹਾਡੇ ਕੋਲੇ। ਹਾਂ ਬੋਲੋ। ਬਾਦਲ ਨੂੰ ਕਿਸੇ ਕੋਰਟ ਨੇ, ਕਿਸੇ ਥਾਣੇ ਨੇ, ਕਿਸੇ ਐਫ ਆਈ ਆਰ ਦੇ ਵਿੱਚ ਕਿਤੇ ਕੋਰਟ ਕੀਤਾ ਗਿਆ? ਇਹ ਉੱਠ ਕੇ ਆ ਕੇ ਨਵੇਂ ਨਵੇਂ ਆ ਕੇ ਨਵਾਂ ਚਾਹ ਚੜਿਆ ਇਹਨਾਂ ਨੂੰ ਕਿ ਨਵਾਂ ਸੀਐਮ ਬਣ ਗਿਆ ਤੇ ਉਹ ਮੁਲਜ਼ਮ ਕੋਰਟ ਕਰੀ ਜਾਂਦੇ ਇਹਨਾਂ ਨੂੰ? ਇਹ ਥੋੜੀ ਸ਼ਰਮ ਕਰਨ ਬੋਲਣ ਲੱਗਿਆ। ਚੰਨੀ ਦਾ ਪਹਿਲਾਂ ਹੀ ਬਿਆਨ ਕੀ ਸੀ, ਔਰ ਬਾਦਲ ਸਾਹਿਬ ਦਾ ਪਹਿਲਾਂ ਗੁਟਕਾ ਫੜ ਕੇ ਕੀ ਬਿਆਨ ਸੀ ਜੀ, ਅਸੀਂ ਔਰ ਸਿੱਧੂ ਦਾ ਵੀ ਅਸੀਂ ਜੀ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਕਰਾਂਗੇ। 4.5 ਸਾਲ 'ਚ ਕੀ ਇੱਥੇ ਪਿਕਨਿਕ ਮਨਾਉਂਦੇ ਰਹੇ ਨੇ? ਬਾਦਲ ਸਾਹਿਬ ਤੇ ਆਪਣਾ ਕੈਪਟਨ ਸਾਹਿਬ ਤੇ ਮਨਾਉਂਦੇ ਰਹੇ ਨੇ ਉੱਥੇ ਸਿਸਵਾ ਫਾਰਮ ਦੇ ਵਿੱਚ, ਕਿੰਨਾ ਕਿੰਨਾ ਨਾਲ ਮਨਾਈ ਆ ਪਤਾ ਨਹੀਂ, ਇਹਨਾਂ ਨੂੰ ਪਤਾ ਹੋਊਗਾ ਜਿਹੜੇ ਅਮਲ ਚੱਕੀ ਜਾਂਦੇ ਨੇ। ਲੇਕਿਨ ਕਰ ਲੈਂਦੇ 4.5 ਸਾਲ ਜੋ ਕਰਨਾ ਸੀਗਾ, ਤੇ ਹੁਣ ਆ ਕੇ ਚੰਨੀ ਦਾ ਵੀ ਪਹਿਲਾਂ ਹੀ ਭਾਸ਼ਣ ਕਿ ਜੀ ਮੈਂ ਜਿਹੜੇ ਕੇਸ ਸੀਗੇ ਉਹਨਾਂ ਦੇ ਵਿੱਚ ਉਹਨਾਂ ਨੂੰ ਕਰ ਲਓ ਤੁਸੀਂ, ਤਾਂ ਕੋਈ ਟਾਈਮ ਹੈ? ਅਜੇ ਤਾਂ ਜਹਾਜ਼ ਦੀਆਂ ਸਵਾਰੀਆਂ ਨਹੀਂ ਮੁੱਕੀਆਂ, ਅਜੇ ਮਿਲੀਆਂ ਨਹੀਂ ਮੁੱਕੀਆਂ, ਅਜੇ ਤਾਂ ਸਿੱਧੂ ਸਾਹਿਬ ਦੀ ਉਂਗਲ ਫੜ ਕੇ ਭੰਗੜਾ ਪਾਉਂਦੇ ਫਿਰਦੇ ਨੇ। ਪੁੱਲਰ ਸਾਹਿਬ ਮੁੱਕ ਜੂਗਾ, ਉਸ ਤੋਂ ਬਾਅਦ ਗੱਲ ਕਰ ਲਿਓ ਪੁੱਲਰ ਸਾਹਿਬ, ਲੇਕਿਨ ਥੋੜੀ ਜਿਹੀ ਸ਼ਰਮ ਰੱਖੋ, ਤੁਸੀਂ ਕੋਈ ਗੱਲ ਕਰ ਲਓ। ਪੁੱਲਰ ਸਾਹਿਬ ਐਸਆਈਟੀ ਦੇ ਅੱਗੇ ਜਿਹੜੀ ਪੁੱਛਗਿੱਛ ਹੋਈ ਸੀਗੀ ਉਹ ਕਿਸ ਕਪੈਸਿਟੀ ਦੇ ਤਹਿਤ ਹੋਈ ਸੀਗੀ ਬਾਦਲਸ ਤੋਂ ਪੁੱਛਗਿੱਛ ਜਿਹੜੀ? ਭਾਈ ਜਿਹੜੀ ਐਸਆਈਟੀ ਦੇ ਅੱਗੇ ਪੁੱਛਗਿੱਛ ਹੋਈ ਸੀ ਉਹ ਤਾਂ ਭਜਾਤਾ ਇਹਨਾਂ ਨੇ। ਨਹੀਂ ਨਹੀਂ ਸਰ, ਅਫਸਰ ਰੁਕਦਾ ਨਾ, ਇੱਕ ਮਿੰਟ ਪੁੱਲਰ ਸਾਹਿਬ ਸਵਾਲ ਤਾਂ ਸੁਣ ਲਓ ਨਾ, ਕਿਸ ਕਪੈਸਿਟੀ ਦੇ ਤਹਿਤ ਹੋਈ ਸੀ, ਬਾਦਲਸ ਨੂੰ ਕਿਉਂ ਬੁਲਾਇਆ ਗਿਆ ਸੀ ਉੱਥੇ? ਦੇਖੋ ਗੱਲ ਸੁਣੋ, ਮੈਂ ਤਾਂ ਉਹੀ ਕਿਹਾ, ਉਹ ਤਾਂ ਸਿਰਫ ਅੰਡਰ ਪ੍ਰੈਸ਼ਰ ਕਿ ਜੀ ਇਹ ਦਿਖਾਉਣਾ ਚਾਹੁੰਦੇ ਸੀਗੇ, ਲੇਕਿਨ ਜਿਹਨੇ ਕੀਤੀ ਸੀ ਉਹ ਕਿੱਥੇ ਅੱਜ? ਅਫਸਰ ਕਿੱਥੇ ਹੈ? ਮੈਨੂੰ ਉਹ ਦੱਸ ਦੇਣਾ, ਅਫਸਰ ਕਿੱਥੇ ਅੱਜ? ਉਹ ਭੱਜ ਕਿਉਂ ਗਿਆ? ਕਿਉਂਕਿ ਉਹਨੂੰ ਆਪਣੇ ਪਾਪ ਕਰਨ ਦੇ ਸੀ, ਗੋਲੀ ਕਾਂਡ ਦੀ ਪੁੱਛ ਗਏ ਸੀ ਨਾ ਝੂਠ ਦੇ ਪਲੰਦੇ ਦੇ ਉੱਤੇ। ਦੇਖੋ ਜੀ, ਉਹ ਗੋਲੀ ਕਾਂਡ ਦੀ ਪੁੱਛ ਗਏ ਸੀ, ਆਪਾਂ ਰਲ ਗੱਡਣਾ ਨਾ ਕਰੀਏ ਸਾਰੇ। ਮੈਂ ਕਹਿੰਦਾ ਜੀ ਉਹ ਪੁਲਿਸ ਅਫਸਰ ਕਿੱਥੇ ਨੇ ਅੱਜ? ਹਾਂ, ਤੁਸੀਂ ਦੱਸ ਦੋ ਮੈਨੂੰ, ਉਹ ਭੱਜ ਕਿਉਂ ਗਏ ਨੌਕਰੀ ਛੱਡ ਕੇ? ਅੱਛਾ, ਚਲੋ ਮੈਂ ਵਾਪਸ, ਕਿਉਂ ਪ੍ਰੋਟੈਕਸ਼ਨ ਲੈ ਰਹੇ ਪੋਲੀਟੀਕਲ ਪਾਰਟੀ? ਠੀਕ 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 ਹੈ, ਵਾਪਸ ਆ ਰਹੇ। ਹਾਂ ਮਿਸਟਰ ਖੜਿਆਲ, ਫਟਾਫਟ ਬੋਲੋ ਪਲੀਜ਼। ਪਹਿਲੀ ਗੱਲ ਤਾਂ ਇਹਨਾਂ ਨੂੰ ਸ਼ਾਇਦ ਇਲਮ ਨਹੀਂ ਹੈਗਾ ਕਾਨੂੰਨ ਹੁੰਦਾ ਕੀ ਚੀਜ਼ ਹੈ। ਇਹਨੂੰ ਨਾ ਜ਼ਿਆਦਾ ਇਲਮ ਹੈ, ਨਵੇਂ ਇੱਥੇ ਆਏ ਹੋ ਇੱਕ ਮਿੰਟ ਆਪਾਂ ਰੋਕੀਏ, ਮੈਂ ਆ ਜਾਊਂਗਾ, ਵਾਪਸ ਆ ਜਾਊਂਗਾ। ਹਾਂ ਮਿਸਟਰ ਖੜਿਆਲ, ਗੱਲ ਪੂਰੀ ਕਰੋ, ਆਪਾਂ ਆਪਸ ਜਿੱਦੀਏ ਨਾ। ਹਾਂ ਬੋਲੋ, ਮੈਂ ਇੰਟਰਪਟ ਨਹੀਂ ਕੀਤਾ ਇਹਨਾਂ ਨੂੰ, ਕੋਈ ਬੋਲਣ ਨਾ ਵਿੱਚ। ਪਹਿਲੀ ਗੱਲ, ਅਕਿਊਜ਼ਡ ਅਕਿਊਜ਼ਡ ਨੂੰ ਮੁਲਜ਼ਮ ਹੀ ਕਹਿੰਦੇ ਆ, ਅਕਿਊਜ਼ਡ ਨੂੰ ਮੁਲਜ਼ਮ ਹੀ ਕਹਿੰਦੇ ਆ ਜਿਹਦਾ ਕੇਸ ਦੇ ਵਿੱਚ ਨਾਮ ਹੁੰਦਾ, ਉਹ ਚੀਜ਼ ਸਹੀ ਹੈ। ਹਾਊ ਕੈਨ ਯੂ ਹੈਵ ਅ ਪ੍ਰੋਬਲਮ ਵਿਦ ਦੈਟ? ਦੂਜੀ ਗੱਲ ਇਹ ਮੁਲਜ਼ਮ ਮੈਂ ਨਹੀਂ ਕਹਿੰਦਾ, ਇਹ ਕੇਸ ਕੋਰਟ ਦੀ ਫਾਈਲ ਕਹਿੰਦੀ ਹੈ, ਇਹ ਕੇਸ ਕਹਿੰਦਾ, ਇਹ ਸਿੱਟ ਕਹਿੰਦੀ ਹੈ, ਤੇ ਨਾਲੇ ਇਹ ਕੋਈ ਗਲਤ ਗੱਲ ਨਹੀਂ। ਕਿਹੜੀ ਸਿੱਟ?
सुखबीर बादल साहब अक्यूज ने मुलजम ही कहा जाऊगा केस समझ लो गल दूजी गल मैं तुहानू ये चीज कही है कि केस का फैसला होगा एदे विच गलत की है जे अक्यूज्ड होए तुसी जुडिशरी ते अपना फेथ रखो दा जुडिशरी सानू फेथ हैगा ਤਾਨੂੰ ਫੇਰ ਨਹੀਂ ਹੈਗਾ ਨਾ ਚਲੋ ਮੈਂ ਥੋੜਾ ਬ੍ਰੇਕ ਲੈ ਲਵਾਂ ਆਪਾਂ ਆਪਸ ਬਹਿਸ ਕਰੀ ਜਾਂਦੇ ਆ ਇੱਕ ਮਿੰਟ ਪਲੀਜ਼ ਇੱਕ ਮੈਨੂੰ ਇੱਕ ਬ੍ਰੇਕ ਲੈ ਲੈਣ ਦੋ ਬ੍ਰੇਕ ਤੋਂ ਵਾਪਸ ਆ ਤੈਕਿਤ ਕਰ ਲਓ ਨਾ ਵਾਪਸ ਆ ਰਹੇ ਇੱਕ ਛੋਟਾ ਬ੍ਰੇਕ ਲੈ ਕੇ ਵਾਪਸ ਆਉਂਗੇ ਵਾਪਸ ਆ ਕੇ ਸਵਾਲ ਜ਼ਰੂਰ ਹੋਊਗਾ ਕਿ ਕੈਪਟਨ ਦੇ ਆਊਟ ਹੁੰਦਿਆਂ ਹੀ ਇਹ ਖਤਰਾ ਜ਼ਿਆਦਾ ਵੱਧ ਗਿਆ ਕੈਪਟਨ ਦੇ ਆਊਟ ਹੁੰਦਿਆਂ ਹੀ ਇਹ ਬਿਆਨ ਆਉਣੇ ਸ਼ੁਰੂ ਹੋ ਗਏ ਜਾਂ ਉਸ ਤੋਂ ਪਹਿਲਾਂ ਵੀ ਇਹ ਸਭ ਕੁਝ ਸੀਗਾ ਕਿ ਪੋਲੀਟੀਕਲ ਵੈਂਡੇਟਾ ਦਾ ਜ਼ਿਕਰ ਵਾਰ-ਵਾਰ ਬਾਦਲਸ ਨੇ ਕੀਤਾ ਤੇ ਹੁਣ ਨਵਾਂ ਕਪਤਾਨ ਬਦਲਿਆ ਤੇ ਨਵੇਂ ਕਪਤਾਨ ਤੋਂ ਬਾਅਦ ਇਹੜਾ ਪਹਿਲਾ ਬਿਆਨ ਆ ਵੱਡਾ ਗੱਲ ਤਾਂ ਭਾਰਤਮਾਲਾ ਪ੍ਰੋਜੈਕਟ ਦੀ ਹੋਣੀ ਚਾਹੀਦੀ ਸੀਗੀ ਜਿਹਦੇ ਲਈ ਮੁਲਾਕਾਤ ਹੋਈ ਸੀ ਪਰ ਬਾਹਰ ਆ ਕਿਹੜਾ ਬਿਆਨ ਦਿੱਤਾ ਗਿਆ ਉਸ 'ਤੇ ਚਰਚਾ ਹੋ ਰਹੀ ਹੈ ਵਾਪਸ ਆ ਰਹੇ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਪੰਜਾਬ ਦੀ ਸੱਤਾ 'ਚ ਨਵਾਂ ਕਪਤਾਨ ਆਉਂਦਿਆਂ ਹੀ ਬਾਦਲਾਂ ਨੂੰ ਜੇਲ੍ਹ ਦਾ ਖਤਰਾ ਕਿਉਂ ਮਲਵਿੰਦਰ ਸਿੰਘ ਕੰਗ ਸੁਖਬੀਰ ਸਿੰਘ ਬਾਦਲ ਦਾ ਇਹ ਡਰ ਜਾਇਜ਼ ਹੈ ਸੁਖਬੀਰ ਸਿੰਘ ਬਾਦਲ ਦਾ ਇਹ ਇਲਜ਼ਾਮ ਹੈ ਜਿਹੜਾ ਉਹਦੇ ਵਿੱਚ ਦਮ ਕਿੰਨਾ ਹੈਗਾ ਦੇਖੋ ਇੱਕ ਗੱਲ ਤਾਂ ਬੜੀ ਸਪਸ਼ਟ ਹੋ ਗਈ KP ਜੀ ਜਿਹੜਾ ਅਸੀਂ ਕਹਿੰਦੇ ਸੀ ਵੀ ਕਾਂਗਰਸ ਔਰ ਅਕਾਲੀ ਦਲ ਮਿਲੇ ਹੋਏ ਆ ਅੱਜ ਸੁਖਬੀਰ ਸਿੰਘ ਬਾਦਲ ਨੇ ਮੰਨ ਲਿਆ ਵੀ ਅਫਸਰ ਸਾਨੂੰ ਦੱਸ ਰਿਹਾ ਆ ਵੀ ਇਹ ਤੁਹਾਨੂੰ ਫੜਨਾ ਚਾਹੁੰਦੇ ਇਹਦਾ ਮਤਲਬ ਇਹ ਅਕਾਲੀ ਦਲ ਨੂੰ ਅੰਦਰਲੀ ਗੱਲ ਪਹਿਲਾਂ ਵੀ ਸਾਰੀ ਪਤਾ ਲੱਗਦੀ ਸੀ ਇਹ ਤਾਂ ਸਪਸ਼ਟ ਹੋ ਗਈ ਨਾ ਇੱਕ ਗੱਲ ਅਕਾਲੀ ਦਲ ਜਿਹੜਾ ਕਾਂਗਰਸ ਨਾਲ ਮਿਲ ਕੇ ਚੱਲ ਰਿਹਾ ਹੈ ਜਾਂ ਕਾਂਗਰਸ ਅਕਾਲੀ ਦਲ ਨਾਲ ਮਿਲ ਕੇ ਚੱਲ ਰਹੀ ਹੈ ਇੱਕ ਗੱਲ ਤਾਂ ਇਹ ਸਪਸ਼ਟ ਹੋ ਗਈ ਇੱਕ ਗੱਲ ਵੀ ਉਹ ਵਾਕਈ ਮਿਲ ਕੇ ਚੱਲ ਰਿਹਾ ਸੀ ਦੂਸਰੀ ਜਿਹੜੀ ਗੱਲ ਹੈ ਵੀ ਜੇ ਸੁਖਬੀਰ ਸਿੰਘ ਬਾਦਲ ਨੇ ਕੋਈ ਗੁਨਾਹ ਕੀਤਾ ਹੀ ਨਹੀਂ ਹੈ ਮੰਨ ਲਓ ਅਕਾਲੀ ਦਲ ਨੇ ਕੋਈ ਗੁਨਾਹ ਕੀਤਾ ਨਹੀਂ ਹੈ ਤਾਂ ਉਹਨਾਂ ਨੂੰ ਡਰ ਕਾਹਦਾ ਉਹ ਕਿਉਂ ਕਹਿ ਰਿਹਾ ਵੀ ਸਾਨੂੰ ਅਰੈਸਟ ਕਰ ਲਓ ਜੀ 20 ਦਿਨਾਂ 'ਚ ਕਰ ਲਓ ਜੀ 15 ਦਿਨਾਂ 'ਚ ਕਰ ਲਓ ਅਸੀਂ ਤਿਆਰ ਹੈ ਕਿਸ ਗੱਲ ਦਾ ਡਰ ਹੈ ਇਹ ਕਿਤੇ ਨਾ ਕਿਤੇ ਤੁਸੀਂ ਇੱਕ ਪਿਛਲੇ ਸੈਗਮੈਂਟ 'ਚ ਗੱਲ ਕਹੀ ਸੀ ਵੀ ਜਿਹੜੇ ਬੰਦੇ ਨੂੰ ਡਰ ਸਤਾਉਂਦਾ ਨਾ ਉਹੀ ਇਹੋ ਜਿਹੀਆਂ ਗੱਲਾਂ ਕਰਦਾ ਹੈ ਅਕਾਲੀ ਦਲ ਨੂੰ ਇਹ ਅਹਿਸਾਸ ਹੋ ਗਿਆ ਹੈ ਵੀ ਅਸੀਂ ਜਿਹੜੀਆਂ ਕਰਤੂਤਾਂ ਕੀਤੀਆਂ ਆ ਜਿਹੜੇ ਗੁਨਾਹ ਕੀਤੇ ਆ ਉਹ ਬਹੁਤਾ ਲੰਮਾ ਚਿਰ ਨਹੀਂ ਬਚ ਸਕਦੇ ਉਹ ਸਾਂਝ ਨਾਲ ਬਚ ਰਹੇ ਸੀ ਅੱਗੇ ਸਾਂਝ ਪਾ ਲਈ ਚੰਨੀ ਸਾਹਿਬ ਨਾਲ ਵੀ ਅਤੇ ਫਿਰ ਹੋ ਸਕਦਾ ਹੋਰ 2-4 ਮਹੀਨੇ ਟੱਪ ਜਾਣ ਲੇਕਿਨ ਅਲਟੀਮੇਟਲੀ ਕਾਨੂੰਨ ਦੇ ਹੱਥ ਬੜੇ ਲੰਬੇ ਹੁੰਦੇ ਆ ਔਰ ਉਹਨਾਂ ਨੇ ਜਿਹੜੇ ਗੁਨਾਹ ਕੀਤੇ ਆ ਗੁਨਾਹ ਕੀ ਕੀਤੇ ਆ ਪੰਜਾਬ ਦੇ ਰਿਸੋਰਸਿਸ ਲੁੱਟੇ ਇੱਕ ਪੰਜਾਬ ਤੇ ਕਰਜ਼ਾ ਚੜਿਆ ਬਾਦਲ ਸਾਹਿਬ ਦੀ ਇਹ ਉਹ ਮਾਮਲਾ ਨਹੀਂ ਹੈਗਾ ਕੰਗ ਸਾਹਿਬ ਇਹ ਉਹ ਮਾਮਲਾ ਨਹੀਂ ਨਾ ਹੈਗਾ ਸੁਣ ਲਓ ਨਾ ਨਹੀਂ ਉਹ ਫਿਰ ਤਾਂ ਸਾਰੇ ਮਾਮਲੇ ਆਪਾਂ ਚੱਕ ਲਵਾਂਗੇ ਬਾਦਲ ਸਾਹਿਬ ਦੇ ਰਾਜ ਜਿਹੜੇ ਆਪਣੇ ਆਪ ਨੂੰ ਪੰਥਕ ਕਹਿੰਦੇ ਆ ਪੰਜਾਬ ਦੇ ਨੌਜਵਾਨਾਂ ਦਾ ਕਾਤਲ DGP ਲਾਇਆ ਬਾਦਲ ਸਾਹਿਬ ਨੇ ਲਾਇਆ ਔਰ ਸਾਡਾ ਬ੍ਰੇਨ ਡਰੇਨ ਹੋਇਆ ਪਿਛਲੇ 20 ਸਾਲਾਂ 'ਚ ਹੋਇਆ ਬਾਦਲ ਸਾਹਿਬ ਚਾਹੇ ਕੈਪਟਨ ਸਾਹਿਬ ਸੋ ਗੁਨਾਹਗਾਰ ਤੇ ਬਹੁਤ ਵੱਡੇ ਵੱਡੇ ਗੁਨਾਹ ਕੀਤੇ ਕੰਗ ਸਾਹਿਬ ਮੈਨੂੰ ਇੱਕ ਸਵਾਲ ਗੁਨਾਹ ਦੀ ਸਜ਼ਾ ਤੇ ਉਹਨਾਂ ਨੂੰ ਮਿਲਦੀ ਹੈ ਕੰਗ ਸਾਹਿਬ ਮੈਨੂੰ ਇੱਕ ਸਵਾਲ ਦਾ ਜਵਾਬ ਦਿਓ ਤੁਸੀਂ ਤੁਹਾਨੂੰ ਕਾਨੂੰਨ ਵਿਵਸਥਾ ਤੇ ਭਰੋਸਾ ਹੈਗਾ ਜਾਂ ਮਿਸਟਰ ਚੰਨੀ ਸਿੱਧੂ ਤੇ ਸੁਖੀ ਰੰਧਾਵਾ ਤੇ ਭਰੋਸਾ ਨਹੀਂ 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 ਸਾਨੂੰ ਤੇ ਕਾਨੂੰਨ ਵਿਵਸਥਾ ਤੇ ਭਰੋਸਾ ਆ ਲੇਕਿਨ ਜਿਸ ਤਰੀਕੇ ਨਾਲ ਪਿਛਲੀ ਸਰਕਾਰ ਕੈਪਟਨ ਸਾਹਿਬ ਦੀ ਅਗਵਾਈ ਵਾਲੀ ਅਕਾਲੀ ਦਲ ਨਾਲ ਮਿਲ ਕੇ ਚੱਲਦੀ ਰਹੀ ਔਰ ਇਹ ਅਕਾਲੀ ਦਲ ਦੇ ਵੱਡੇ ਲੀਡਰ ਵੀ ਕਹਿੰਦੇ ਰਹੇ ਆ ਤੇ ਕਾਂਗਰਸ ਦੇ ਵੀ ਹੁਣ ਨਹੀਂ ਮਿਲ ਕੇ ਚੱਲਣ ਕਾਂਗਰਸ ਹੁਣ ਨਹੀਂ ਮਿਲ ਕੇ ਚੱਲਣ ਉਹਦੇ ਤੇ ਕਿਤੇ ਨਾ ਕਿਤੇ ਜਿਸ ਤਰ੍ਹਾਂ ਐਡਵੋਕੇਟ ਜਨਰਲ ਆਫਿਸ ਸੀ ਚੀਫ ਸੈਕਟਰੀ ਦਾ ਆਫਿਸ ਸੀ CM ਆਫਿਸ ਸੀ ਉਹ ਸਾਰਾ ਚੀਜ਼ਾਂ ਤੇ ਸਾਬਿਤ ਹੋ ਰਹੀਆਂ ਨੇ ਮਿਲ ਕੇ ਚੱਲਣਗੇ ਹੈ ਹੁਣ ਨਹੀਂ ਮਿਲ ਕੇ ਚੱਲਣਗੇ ਨਹੀਂ ਦੇਖੋ ਅਸੀਂ ਤੇ ਉਮੀਦ ਕਰਾਂਗੇ ਪਰ ਜਿਹੜਾ ਪਹਿਲੇ 4-5 ਦਿਨਾਂ ਦਾ ਇੰਪ੍ਰੈਸ਼ਨ ਇਹ ਆ ਵੀ CM ਜਿਹੜਾ ਬਣਿਆ ਆ ਉਹ ਤੇ ਸਿਰਫ ਇੱਕ ਮੁਖੌਟਾ ਆ ਅਲਟੀਮੇਟਲੀ ਜਿਹੜੀ ਆ ਡਿਕਟੇਟ ਉਹਨੂੰ ਹੋਰ ਕਿਤੋਂ ਕੀਤਾ ਜਾ ਰਿਹਾ ਕੌਣ ਡਿਕਟੇਟ ਕਰ ਰਿਹਾ ਉਹਨੂੰ ਕਾਂਗਰਸ ਦੇ ਪ੍ਰਧਾਨ ਕਰ ਰਹੇ ਆ ਉਹਨੂੰ ਬਾਹ ਫੜ ਕੇ ਲੈ ਕੇ ਜਾਂਦੇ ਉਹਨੂੰ ਕਾਂਗਰਸ ਦੇ ਪ੍ਰਧਾਨ ਚਾਹੁੰਦੇ ਆ ਬਾਦਲ ਸੰਦਰ ਹੋਣ ਜਾਂ ਮਿਸਟਰ ਚੰਨੀ ਚਾਹੁੰਦੇ ਸੀ ਨਹੀਂ ਨਹੀਂ ਬਾਦਲ ਤੇ ਅੰਦਰ ਉਹਨਾਂ ਦੇ ਅਗਰ ਗੁਨਾਹ ਕੀਤੇ ਆ ਕਾਨੂੰਨ ਦੇ ਹਿਸਾਬ ਨਾਲ ਸਾਬਿਤ ਹੁੰਦੇ ਤੇ ਅੰਦਰ ਜਾਣੇ ਚਾਹੀਦੇ ਆ ਇਸ 'ਚ ਕੋਈ ਦੋ ਰਾਏ ਨਹੀਂ ਹੈ ਨਹੀਂ ਇੱਕ ਵਾਰ ਤੁਸੀਂ ਕੋਈ ਇਹ ਨਹੀਂ ਕਹਿੰਦੇ ਵੰਡਟਾ ਕਰੋ ਇੱਕ ਵਾਰ ਤੁਸੀਂ ਇਹ ਕਹਿ ਰਹੇ ਹੋ ਅਫਸਰਸ਼ਾਹੀ ਮਿਲੀ ਹੋਈ ਹੈ ਅਫਸਰਸ਼ਾਹੀ ਉਹਨਾਂ ਨੂੰ ਦੱਸਦੀ ਪਈ ਅੱਜ ਵੀ ਉਹ ਆਪ ਕਹਿ ਰਹੇ ਨਾ ਫਿਰ ਕਿਵੇਂ ਹੋ ਜਾਊਗਾ ਫਿਰ ਕਿਵੇਂ ਪੋਸੀਬਲ ਆ ਉਹ ਕੀ ਕਹਿ ਰਹੇ ਆ ਵੀ ਸਾਨੂੰ ਅਫਸਰਾਂ ਨੇ ਕਿਹਾ ਵੀ ਤੁਹਾਡੇ ਨੂੰ ਤੁਹਾਨੂੰ ਫੜਾਉਣਾ ਚਾਹੁੰਦੇ ਆ ਮਤਲਬ ਇਹ ਤੇ ਸਾਡਾ ਇਲਜ਼ਾਮ ਸੀ ਨਾ ਵੀ ਇਹ ਮਿਲੇ ਹੋਏ ਆ ਇਹ ਸਪਸ਼ਟ ਹੋ ਗਿਆ ਗੱਲ ਇਹ ਵੀ ਚੰਨੀ ਸਾਹਿਬ ਉਸ ਨੈਕਸਸ ਨੂੰ ਤੋੜ ਪਾਉਂਦੇ ਕਿ ਨਹੀਂ ਤੋੜ ਪਾਉਂਦੇ ਜਿਹੜਾ ਕਿ ਮੈਨੂੰ ਬੜਾ ਮੁਸ਼ਕਲ ਲੱਗ ਰਿਹਾ ਚਲੋ ਪ੍ਰਸਮਜੀਤ ਸਿੰਘ ਸੁਖਬੀਰ ਸਿੰਘ ਬਾਦਲ ਨੇ ਇਲਜ਼ਾਮ ਦੇ ਕੇ ਆਪਦੇ ਆਪ ਨੂੰ ਸੇਫਗਾਰਡ ਦੇ ਦਿੱਤਾ ਜਾਂ ਸੁਖਬੀਰ ਸਿੰਘ ਬਾਦਲ ਦੇ ਨਾਲ ਇਲਜ਼ਾਮਾਂ ਵਿੱਚ ਡਿਫੈਂਸਿਵ ਮੋਡ ਤੇ ਆ ਜਾਣਗੇ ਮਿਸਟਰ ਚੰਨੀ ਮਿਸਟਰ ਸਿੱਧੂ ਸੁਖੀ ਰੰਧਾਵਾ ਐਂਡ ਪੂਰੀ ਕਾਂਗਰਸ ਪ੍ਰਸਮਜੀਤ ਸਿੰਘ ਕੋਈ ਡਿਫੈਂਸਿਵ ਮੋਡ ਨਹੀਂ ਹੈ ਪਹਿਲੀ ਤੇ ਗੱਲ ਇਹ ਹੈ ਕਿ ਸਾਡੇ
लोकां दा मतलब जिहड़ियां पोलिटिकल पार्टियां हैगियां उन्हां दा अजे भी लोकतंत्री माइंडसैट ही नहीं है। ਤੁਸੀਂ ਪੁੱਛਿਆ ਨਾ ਕਿ ਕਾਨੂੰਨ ਤੇ ਭਰੋਸਾ, ਕਾਨੂੰਨ ਦਾ ਭਰੋਸਾ ਕਿਵੇਂ ਹੋ ਸਕਦਾ? ਕਾਨੂੰਨ ਤੇ ਜੇਬ 'ਚ ਪਾਈ ਫਿਰਦੇ ਆ, ਕਾਨੂੰਨ ਤੇ ਕੋਈ ਕੀ ਸਮਝਦਾ ਹੀ ਨਹੀਂ। ਕੋਰਟਾਂ 'ਚ ਜਦੋਂ ਕਾਨੂੰਨ ਦੇ ਬਾਰੇ ਇੰਨੇ ਕਿੰਤੂ ਪਰੰਤੂ ਹੋ ਰਹੇ ਆ, ਤੇ ਤੁਸੀਂ ਬਿਊਰੋਕਰੇਸੀ ਅਫਸਰਸ਼ਾਹੀ ਤੋਂ, ਪੁਲਿਸ ਤੋਂ ਤੇ ਖਾਸ ਕਰ ਜਿਹੜੇ ਪੋਲੀਟੀਸ਼ੀਅਨ ਨੇ ਇਹਨਾਂ ਤੋਂ ਕਾਨੂੰਨ ਦੀ ਤੁਸੀਂ ਉਮੀਦ ਰੱਖਦੇ ਆ? ਇਹ ਸਾਰੀ ਜਿਹੜੀ ਆ ਦਾਦਾਗਿਰੀ ਹੋ ਰਹੀ ਆ। ਜਿਵੇਂ ਪੁਰਾਣੇ ਰਾਜੇ ਮਹਾਰਾਜੇ ਹੁੰਦੇ ਸੀ, ਕੁਛ ਤਾਂ ਵੈਸੇ ਹੀ ਰਾਜੇ ਵਿੱਚ ਪੈ ਜਾਂਦੇ ਆ, ਉਹ ਅਜੇ ਵੀ ਕਿੰਨੇ ਸਾਰੇ ਸੂਬਿਆਂ 'ਚ ਤੁਹਾਨੂੰ ਕਿਸੇ ਨਾ ਕਿਸੇ ਰੂਪ 'ਚ ਰਾਜੇ ਮਿਲਦੇ ਆ, ਉਹਨਾਂ ਦਾ ਮਾਇੰਡ ਸੈੱਟ ਅਜੇ ਵੀ ਰਾਜਿਆਂ ਵਾਲਾ ਆ। ਉਹ ਰਜਵਾੜਾ ਸ਼ਾਹੀ ਦੇ ਨਾਲ ਹੀ ਆਪਣੇ ਉਸੇ ਰੂਪ 'ਚ ਹੀ ਅਜੇ ਵੀ ਰਾਜ ਕਾਨਸਟੀਟਿਊਸ਼ਨ ਦੇ ਤਹਿਤ ਕਰਦੇ। ਇਸੇ ਕਰਕੇ ਇਨਸਾਫ ਕਿਤੇ ਮਿਲਦਾ ਨਹੀਂ। ਕਾਨੂੰਨ 'ਚ ਆਮ ਜਨਤਾ 'ਤੇ ਮਾੜਾ ਮੋਟਾ ਉਮੀਦ ਫਿਰ ਵੀ ਕਰਦੀ ਹੈ, ਕਿਉਂਕਿ ਉਹ ਦੁਖੀ ਹੁੰਦੀ ਹੋਈ ਵੀ ਕਰਦੀ, ਪਰ ਇਹਨਾਂ ਲੋਕਾਂ ਦਾ ਕਾਨੂੰਨ 'ਚ ਕੋਈ ਭਰੋਸਾ ਨਹੀਂ। ਮੈਂ ਤੁਹਾਨੂੰ ਹੁਣ ਨਿੱਕੀ ਜਿਹੀ ਗੱਲ ਕਹਿ ਕੇ ਆਪਣੀ ਗੱਲ ਖਤਮ ਕਰਦਾ। 2002 'ਚ ਜਦੋਂ ਇਹੀ ਕੈਪਟਨ ਸਾਹਿਬ ਸਟੇਜ ਤੇ ਚੜ੍ਹਦੇ ਸੀ, ਤੁਹਾਨੂੰ ਯਾਦ ਹੋਣਾ ਕਿ ਆਪਣਾ ਖੁੰਡਾ ਲੈ ਕੇ ਚੜ੍ਹਦੇ ਸੀ, ਬੜੀਆਂ ਤਾੜੀਆਂ ਪੈਂਦੀਆਂ ਸੀ ਲੋਕਾਂ ਨੂੰ ਵੀ, ਉਂਝ ਪਿੱਛੇ ਲਾ ਲੈਂਦੇ ਆ ਵੀ ਆਹ ਖੁੰਡਾ ਫੇਰ ਦੂੰਗਾ ਅਕਾਲੀਆਂ ਨੂੰ, ਇਹ ਕਰ ਦੂੰਗਾ। ਹੋ ਗਿਆ 10 ਸਾਲ, ਫਿਰ ਨਿਕਲ ਗਏ, ਉਦੋਂ ਕੋਈ ਖੁੰਡਾ ਨਹੀਂ ਫਿਰਿਆ, ਇਹਨਾਂ ਨੇ ਵੀ ਕਰ ਲਿਆ। ਹੁਣ ਇਹਦੋਂ ਬਾਅਦ ਫਿਰ ਆ ਗਏ, ਫਿਰ ਵੀ ਇਸ ਤਰ੍ਹਾਂ ਦਾ ਸੀਗਾ ਕੋਈ ਨਹੀਂ। ਆਹ ਜਿਹੜੀ ਗੱਲ ਆ ਹੁਣ ਆ ਕੇ ਕਰਨਾ, ਇਹਦਾ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ ਅਕਾਲੀਆਂ ਦੇ ਰੈਂਕ ਐਂਡ ਫਾਈਲ 'ਚ ਇਹ ਮੈਸੇਜ ਗਿਆ ਕਿ ਹੁਣ ਇਹ ਜਿਸ ਤਰੀਕੇ ਨਾਲ ਪਹਿਲਾਂ ਕਾਨੂੰਨ ਤੋਂ ਬਚਦਾ, ਸਮੇਹ ਸੈਣੀ ਦਾ ਇੱਕ ਟਿਪੀਕਲ ਕੇਸ ਆ, ਕਿਉਂਕਿ ਉਹ ਪੁਲਿਸ ਅਫਸਰ ਆ, ਕਦੀ ਸੁਪਰੀਮ ਕੋਰਟ 'ਚੋਂ ਲੈ ਆਉਂਦਾ ਰਾਹਤ, ਕਦੀ ਹਾਈ ਕੋਰਟ 'ਚੋਂ ਲੈ ਆਉਂਦਾ, ਜਾਣੀ ਉਹ ਫੜਿਆ ਗਿਆ ਨਹੀਂ। ਮੱਛੀ ਅਜੇ ਤੱਕ 30 ਸਾਲ ਹੋਣ ਵਾਲੇ ਆ, ਉਹ ਅਜੇ ਤੱਕ ਮੱਛੀ ਨਹੀਂ ਫੜੀ ਗਈ। ਇਸੇ ਤਰੀਕੇ ਨਾਲ ਇੱਥੇ ਇਹਦਾ ਮਤਲਬ ਜਿਹੜੀ ਕਾਨੂੰਨ 'ਤੇ ਸਾਨੂੰ ਭਰੋਸਾ ਬਣਨਾ ਜਾਂ ਕਾਨੂੰਨ ਦਾ ਲਾਗੂ ਹੋਣਾ, ਕਾਨੂੰਨ ਰਾਹੀਂ ਇਨਸਾਫ ਮਿਲਣਾ, ਇੰਨਾ ਸਾਡੇ ਦੇਸ਼ ਦੇ ਅੰਦਰ ਕਠਿਨ ਹੈ। ਕਾਰਨ ਕਿ ਜਿਹਨੂੰ ਤੁਸੀਂ ਸਰਕਾਰ ਕਹਿੰਦੇ ਆ, ਉਹ ਖੁਦ ਹੀ ਕਾਨੂੰਨ ਦੀ ਪਾਬੰਦ ਨਹੀਂ, ਸਹੁੰ ਖਾਂਦੇ ਆ ਵੀ ਕਾਨੂੰਨ ਨੂੰ ਲਾਗੂ ਕਰਾਂਗੇ ਤੇ ਕਾਨੂੰਨ ਦੇ ਅਸੀਂ ਅਧੀਨ ਚੱਲਾਂਗੇ, ਪਰ ਸਹੁੰ ਦੇ ਅੰਦਰ ਅੰਦਰ ਮਨ ਉਹਨਾਂ ਦਾ ਉਸੇ ਵੇਲੇ ਸਹੁੰ ਖਾਣ ਦੇ ਵੇਲੇ ਹੀ ਕਹਿ ਰਿਹਾ ਹੁੰਦਾ ਕਿ ਕਾਨੂੰਨ ਦੀਆਂ ਧੱਜੀਆਂ ਉਡਾਵਾਂਗੇ, ਕਾਨੂੰਨ ਕਿਤੇ ਲਾਗੂ ਨਹੀਂ ਹੋਣ ਦਿਆਂਗੇ, ਆਪਣੀ ਦਾਦਾਗਿਰੀ ਚਲਾਵਾਂਗੇ ਮਨਮਰਜ਼ੀ, ਤਾਂ ਇਹਦੇ ਇੰਨੀ ਕਰਪਸ਼ਨ ਫੈਲਦੀ। ਪ੍ਰਸਮਜੀਤ ਸਿੰਘ, ਤੁਸੀਂ ਮਿਸਟਰ ਸੈਣੀ ਦਾ ਜ਼ਿਕਰ ਕਰ ਲਿਆ, ਜੇ ਸੈਣੀ ਨੂੰ ਰਾਹਤ ਮਿਲੀ ਹੈ ਸਾਰੇ ਕੇਸਾਂ ਦੇ ਵਿੱਚ, ਜਾਂਚ 'ਤੇ ਵੀ ਹੋਰ ਵੀ, 2022 ਵਿਧਾਨ ਸਭਾ ਚੋਣਾਂ ਤੱਕ, ਕੀ ਉਸੇ ਕੇਸ ਦੀ ਪਲੀ ਲੈ ਕੇ ਬਾਦਲ ਸਾਹਿਬ ਜਿਹੜੇ ਉਹ ਆਪਦੇ ਆਪ ਨੂੰ ਸੇਫਗਾਰਡ ਨਹੀਂ ਦੇ ਸਕਦੇ ਗੇ? ਕਿਉਂ ਕਹਿ ਰਹੇ ਆ ਕਿ 20 ਦਿਨਾਂ ਦੇ ਵਿੱਚ ਇਹ ਇਹਨਾਂ ਨੇ ਸਾਰਾ ਕੁਛ ਕਰਨਾ? ਪ੍ਰਸਮਜੀਤ ਸਿੰਘ, ਕਿਉਂਕਿ ਉਹਦੇ ਵਿੱਚ ਕੁਝ ਕੇਸਾਂ ਦੀ ਇਨਵੋਲਵਮੈਂਟ ਹੈ, ਇੱਧਰ ਵੀ ਹੈਗੀ ਨਾ ਪਿਛਲੀ ਸਰਕਾਰ ਵੇਲੇ ਦੀ ਇਨਵੋਲਵਮੈਂਟ ਵੀ ਹੈਗੀ ਹੈ ਮਿਸਟਰ ਸੈਣੀ ਦੀ? ਦੇਖੋ, ਤੁਹਾਨੂੰ ਯਾਦ ਹੈ ਕੇਪੀ ਸਿੰਘ ਜਦ ਤੱਕ ਚੀਫ ਮਿਨਿਸਟਰ ਕੈਪਟਨ ਸਾਹਿਬ ਸੀਗੇ, ਉਦੋਂ ਤੱਕ ਜਿੰਨੇ ਬੁਲਾਰੇ ਆਉਂਦੇ ਸੀਗੇ ਅਕਾਲੀ ਦਲ ਦੇ, ਉਹ ਕਹਿੰਦੇ ਸੀਗੇ ਤੁਸੀਂ ਕਰੋ ਤਾਂ ਸਹੀ, ਅਸੀਂ ਤਾਂ ਕਹਿੰਦੇ ਹਾਂ ਸਾਨੂੰ ਛੇਤੀ ਆ ਪਿੱਛੇ ਕਰੋ ਸਾਨੂੰ ਕਾਨੂੰਨ, ਜਾਣੀ ਇਉਂ ਲੱਗਦਾ ਸੀ ਕਿ ਉਹਨਾਂ ਨੂੰ ਪੂਰਾ ਭਰੋਸਾ ਸੀ ਵੀ ਹੋਣਾ ਕੱਖ ਨਹੀਂ ਹੈਗਾ। ਹੁਣ ਫਿਰ ਇਸ ਕਿਸਮ ਦਾ ਡਿਫੈਂਸਿਵ ਬਿਆਨ ਕੀ ਦੇਣ ਦੀ ਲੋੜ ਸੀ? ਇੱਥੇ ਕੋਈ ਕਮੈਂਟ ਹੀ ਨਹੀਂ ਸੀ ਚਾਹੀਦਾ, ਕਿਉਂਕਿ ਜਦੋਂ ਤੁਸੀਂ ਇਸ ਤਰ੍ਹਾਂ ਵੱਧ ਚੜ੍ਹ ਕੇ ਕਮੈਂਟ ਦਿੰਦੇ ਆ ਤੇ ਕਿਤੇ ਨਾ ਕਿਤੇ ਇਸ ਗੱਲ ਨੂੰ ਤੁਸੀਂ ਐਡਮਿਟ ਵੀ ਕਰਦੇ ਆ ਕਿ ਇਹ ਹੁਣ ਕਾਨੂੰਨ ਦੇ ਦਾਇਰੇ 'ਚ ਜਾਂ ਕਾਨੂੰਨ ਤੋਂ ਬਾਹਰ ਜਾ ਕੇ ਸਾਡੇ ਤੇ ਕੋਈ ਨਾ ਕੁਛ ਕਰਨਗੇ ਜ਼ਰੂਰ। ਹੁਣ ਨਹੀਂ ਉਹ ਕਹਿਣਗੇ, ਹੁਣ ਵੀ ਕਹਿਣਾ ਚਾਹੀਦਾ। ਇਸ ਲਈ ਮੈਨੂੰ ਐਵੇਂ ਲੱਗਦਾ ਆ ਕਿ ਕੇਪੀ ਸਿੰਘ ਇਹੀ ਕਾਰਨ ਹੈ ਸਭ ਤੋਂ ਵੱਡਾ ਕਿ ਜਿਹੜੇ ਲੋਕ ਆ ਉਹ ਜਾਣੀ ਬੰਦੇ ਸ਼ਰੇਆਮ ਪੁਲਿਸ ਮਾਰ ਦਿੰਦੀ ਆ, ਹੋਰ ਵੀ ਮਾਰਦੇ ਆ। ਸਮੇਤ ਸੈਣੀ ਦਾ ਜਿਸ ਤਰ੍ਹਾਂ ਮੈਂ ਕੇਸ ਤਾਂ ਕਰਕੇ ਦੇ ਰਿਹਾ ਸੀਗਾ ਕਿ ਇਨਸਾਫ਼ ਦੀ ਉਮੀਦ ਕਿਸ ਤਰ੍ਹਾਂ ਰੱਖਣ ਇਹਨਾਂ ਲੋਕਾਂ ਤੋਂ, ਜਦਕਿ ਇਸ ਨੂੰ ਨਿੱਜੀ ਫਿਊਡਲ ਮਾਈਂਡ ਸੈੱਟ ਦੇ ਨਾਲ, ਜਗੀਰੂ ਮਾਈਂਡ ਸੈੱਟ ਦੇ ਨਾਲ ਸਰਕਾਰਾਂ ਨੂੰ ਰੰਦ ਕਰ ਰਿਹਾ। ਚਲੋ ਮੈਂ ਇੱਕ ਥੋੜ੍ਹਾ ਬ੍ਰੇਕ ਲੈ ਕੇ ਵਾਪਸ ਆ ਰਿਹਾ ਮਿਸਟਰ ਭੁੱਲਰ, ਮੈਂ ਲਊਂਗਾ ਤੁਹਾਡੇ ਸਵਾਲ। ਬਾਦਲ ਜੇਲ੍ਹ 'ਤੇ ਸਵਾਲ, ਬਹੁਤ ਸਾਰੇ ਸਵਾਲ ਆ ਅਤੇ ਸਵਾਲ ਇਹ ਹੋਣੇ ਚਾਹੀਦੇ, ਚੰਨੀ ਸਿੱਧੂ ਦੀ ਨਵੀਂ ਅਫਸਰਸ਼ਾਹੀ 'ਤੇ ਸ਼ੱਕ ਕਿਉਂ ਪ੍ਰਗਟਾਇਆ ਮਿਸਟਰ ਬਾਦਲ ਨੇ? ਸਵਾਲ ਇਹੀ ਹੈ, ਵਾਪਸ ਆ ਰਿਹਾ। ਪੰਜਾਬ ਦੀ ਸੱਤਾ 'ਚ ਨਵਾਂ ਕਪਤਾਨ ਆਉਂਦਿਆਂ ਹੀ ਬਾਦਲਾਂ ਨੂੰ ਜੇਲ੍ਹ ਦਾ ਖਤਰਾ ਕਿਉਂ? ਹਾਂ ਹਰਜੀਤ ਭੁੱਲਰ, ਮੈਂ ਮਿਸਟਰ ਸੈਣੀ ਦਾ ਜ਼ਿਕਰ ਕਰ ਰਿਹਾ ਸੀਗਾ ਕਿ ਮਿਸਟਰ ਸੈਣੀ ਨੂੰ ਰਾਹਤ ਮਿਲੀ ਹੈ ਕੋਰਟ ਵੱਲੋਂ, ਤੁਹਾਨੂੰ ਜੁਡੀਸ਼ਰੀ 'ਤੇ ਭਰੋਸਾ ਨਹੀਂ ਹੈਗਾ ਹਰਜੀਤ ਭੁੱਲਰ? ਜੇ ਤੁਸੀਂ ਇੰਨੇ ਸਾਫ਼ ਸੁਥਰੇ ਸੱਚੇ ਹੋ ਫਿਰ ਡਰਦੇ ਕਿਉਂ ਪਏ ਹੋ ਹਰਜੀਤ ਭੁੱਲਰ? ਜਿਵੇਂ ਤੁਸੀਂ ਪਹਿਲਾਂ ਕਹਿੰਦੇ, ਪ੍ਰਸਮਜੀਤ ਸਿੰਘ ਕਹਿੰਦੇ ਆ ਵੀ ਸਾਨੂੰ ਅੰਦਰ ਕਰਕੇ ਦਿਖਾਓ, ਹੁਣ ਵੀ ਤੁਹਾਨੂੰ ਇਹ ਕਹਿਣਾ ਚਾਹੀਦਾ ਪ੍ਰਸਮਜੀਤ ਸਿੰਘ ਕਹਿੰਦੇ, ਹੁਣ ਕਿਉਂ ਨਹੀਂ ਕਹਿੰਦੇ ਤੁਸੀਂ? ਗੱਲ ਇਸ ਤਰ੍ਹਾਂ ਹੈ ਵੀ ਡਰ ਕੌਣ ਰਿਹਾ? ਇਸਦੇ ਕੋਈ ਨਹੀਂ ਡਰ ਰਹੇ। ਪ੍ਰੋਬਲਮ ਤੇ ਸਾਰੀ ਜਿਹੜੇ ਨਵੇਂ ਨਵੇਂ ਬਣੇ ਸੀਐਮ ਨੇ ਔਰ ਇਸ ਤੋਂ ਪਹਿਲਾਂ ਜਿਹੜੇ ਸੀਐਮ ਨੇ ਔਰ ਇੱਕ ਨਵਜੋਤ ਸਿੱਧੂ ਨਾਂ ਦਾ ਇੱਕ ਡੰਗੀ ਬਾਜਾ ਰੱਖਿਆ ਹੋਇਆ ਹੈ, ਗੱਲ ਤੇ ਉੱਤੇ ਹੈ
जो हर स्टेज ते खड़ा होके टपुसिया मार मार के कहिंदा मैं अंदर कर दू, मैं अंदर कर दू, कभी मजिठिया अंदर कर दू, कभी बाल साहब अंदर कर दू, मैं कश्मीर को अंदर कर दू, गल तो ओदी है, उनू अही कहिंदे आ वी लिया करके दिखा। नहीं एक मिनट पुलर साहब मैं एक चीज समझना चाहना, पुलर साहब मैं तुहाडे तों समझना चाहना, पुलर साहब कैप्टन अमरिंदर सिंह दे अटैक भी मिस्टर सिद्धू ते है, श्रोमणी अकाली दल दे अटैक भी मिस्टर सिद्धू ते है, सिद्धू साहब सीएम है, गल इस तरह हैगी है, कोई उही बने हा सीएम दे जिस तरह सीएम नु उंगली ला के तोरी फिरी जांदा है, ओ डोमिनेट कर रहा है, ऐ लगदा सी न्याणा हुंदा सी सीएम पत्रकार जवाब तो देना बनता है ना, नहीं तो सीधा कहने जो हिम्मत है लियाओ करके दिखाओ। चलो सीएम करे ठीक, जरा 20 दिन वाला बयान है मतलब उनको कोई दम नहीं है, मैं कहना नहीं साडे गल च दम हैगा, दम देना दी गल च है नहीं, जिहड़े सीएम साहब को बयान दवाता नवे तो भी ते पुराने तो भी जां सिद्धू करदा फिरदा ड्रामे ते करके दिखाओ ना, तुसीं जे हिम्मत हैगी दिखाओ। अर्शपी खड़ियाल हिम्मत हैगी ते करके दिखाओ, सरकार ने कुछ नहीं करना हैगा, इह कानून ने करना। अर्शपी खड़ियाल तुसीं कानून पढ़े होए, इस लई तुहानूं सवाल कानून वाला कर रहा मैं। ਨੇ ਦੇਖੋ ਸਰਕਾਰ ਨੇ ਸਿੱਟ ਤਾਂ ਬਣਾਉਣੀ ਹੁੰਦੀ ਹੈ ਨਾ, ਇਨ ਟਾਈਮ ਬਾਉਂਡ ਤਾਂ ਕਰਨਾ, ਜਿਵੇਂ ਅਸੀਂ ਟਾਈਮ ਬਾਉਂਡ ਕੀਤਾ ਸਿੱਟ ਨੂੰ। ਦੂਜੀ ਗੱਲ, ਕਲੀਅਰ ਕੱਟ ਐਕੂਜ਼ੇਸ਼ਨਸ ਹੈ ਇਹਨਾਂ ਖਿਲਾਫ, ਜੋ ਹੈ ਕਿ ਆਰਡਰਸ ਦਿੱਤੇ ਗਏ ਸੀ ਵੀ ਧਰਨਾ ਚੱਕਿਆ ਜਾਣਾ ਚਾਹੀਦਾ ਕਿਸੇ ਵੀ ਕੀਮਤ, ਇਹ ਐਕੂਜ਼ੇਸ਼ਨ ਹੈ ਜਿਹਦੇ ਕਰਕੇ ਅੱਗੇ ਕੌਨਸੀਕੁਐਂਸਿਸ ਹੋਏ। ਦੂਜੀ ਗੱਲ, ਇਹ ਗੱਲਾਂ ਕਰ ਰਹੇ ਨੌਟੰਕੀ ਦੀਆਂ, ਸਿੱਧੂ ਸਾਹਿਬ ਨੇ ਤਾਂ ਨਹੀਂ ਕਿਹਾ ਸੀ ਵੀ ਪਾਣੀ 'ਚ ਬੱਸ ਆਊਂਗਾ ਮੈਂ ਜਾਂ ਇੱਥੇ ਲੋਕ ਸਭਾ ਦੀਆਂ 14 ਸੀ ਜਿਹੜਾ ਕੰਮ ਤੇ ਆਏ ਉਹ ਗੱਲ ਕਰ ਲਓ ਤੁਸੀਂ, ਜਾਂ ਸਿੱਧੂ ਸਾਹਿਬ ਨੇ प्लीज बोलो कर लो, मैं माइंड नहीं करता, पर जो कोई होर नौटंकी वर्ड यूज कर रहा हूं उदो भी उन्हों विच इंटरवीन कराया करो काइंडली। दूजी गल, मिस्टर मंतार ब्राड इन्हां दे लीडर एमएलए रह चुके ने, एक्स एमएलए अकाली दल, वो चलांड है कि नहीं है, उन्हां नूं कोई इन्हां नूं सवाल करता मैं कोर्ट दे विच, उन्हां नूं अक्यूज्ड कहोंगे कि नहीं कहोंगे, अक्यूज दा मतलब पंजाबी च की हुंदा, मुलजम हुंदा कि नहीं हुंदा, हुण इस चीज दा जवाब दो वी ओह है कि नहीं है चलांड मंतार ब्राड, दसो। हाँ हाँ हरजीत भुल्लर, मंतार ब्राड मुलजम है केस विच जां नहीं? हरजीत भुल्लर क्योंकि इस तरह है केपीजी गल हो रही है बादल साहब दे सर, सवाल भी एक मिनट सर, एक मिनट सर सवाल सुनो भुल्लर साहब, सवाल तो सुनो भुल्लर साहब एक मिनट भी हैगा बंदा साहब दे विच, भुल्लर साहब एक मिनट सवाल तो सुनो, नहीं 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 लेट मी क्लियर दैट आउट, सुप्रीम कोर्ट हैज एक्विटेड हिम, सुप्रीम कोर्ट हैज एक्विटेड हिम, ही इज नो मोर एन अक्यूज्ड, सरे हमारे ऐसे उन्होंने भुल्लर एक सेकंड केपीजी, आर यू चैलेंजिंग सुप्रीम कोर्ट नो चैलेंज कर रहे हो? मिस्टर खड़ियाल पुलर साहब एक मिनट प्लीज सिद्धू साहब नु जुर्माना लग्या सीगा, खड़ियाल साहब मंतार ब्राड इस मामले च मुलजम है या नहीं, एक सवाल सवाल तो सुन लो ना ਪੁਲਰ ਸਾਹਿਬ, ਇਹਨਾਂ ਨੇ ਮੰਤਾਰ ਬਰਾੜ ਦਾ ਸਵਾਲ ਕੀਤਾ, ਤੁਸੀਂ ਉਹਨਾਂ ਨੂੰ ਟਿਕਟ ਵੀ ਦਿੱਤੀ ਹੈ ਮੰਤਾਰ ਬਰਾੜ ਹਰਾਂ ਨੂੰ, ਪੁਲਰ ਸਾਹਿਬ ਸਵਾਲ ਇਹ ਹੈ ਕਿ ਇਹ ਕਹਿ ਰਿਹਾ ਹੈ ਕਿ ਅਕਾਲੀਆਂ ਨੂੰ ਪੂਰਿਆਂ ਨੂੰ ਖਤਰਾ ਕਿਉਂ ਪੈਦਾ ਹੋ ਗਿਆ,
क्यों डरते पे हो तुसी पुलर साहब? मैं ये गल कही है कि स्टेजां दे उत्ते टप टप के नच नच के भंगड़े पा पा के इन्हां ना को भी असीं बादलां नूं अंदर करना करके दिखा दो, इहदे चैलेंज करदे आं, इहदे चैलेंज कीता वी करो फिर करके दिखाओ तुसी। गोलीकांड दा कोई गुनेगार नहीं हैगा पंजाब। मैं तां कहिंदा सैनी नूं कर दो तुसीं अंदर जिन्हां ने करवाया, ते पर सैनी नूं तां राहत मिल गई आ, तुसीं फिर चुप करके बैठे 2022 तक, तुहानूं की कुछ कह लूगा कोई? गल इस तरह है, इह वी चुप करके बैठा ना, कर कोर्ट जिहड़ी करनी हैगी है, जिहड़ी कोर्ट करूगी कर लवे, पुलिस करे अपनी कारवाई। ठीक है मलविंदर कंग, ठीक है सिद्धू डप्पी जांदा। चलो मलविंदर कंग सवाल यह है, एक मिनट सवाल यह है, पंजाब का माहौल खराब होने की गल की सुखबीर सिंह बादल ने, वह किस कंटैक्सट में की गई है, तुहानूं समझ आई है? उस कंटैक्सट की गई है जिहड़ा राष्ट्रवाद का रोना कैप्टन साहब ने नहीं रोया। ये एक्चुअल च की आ, साडी बदकिस्मती है के पी जी, जदों इलैक्शन होने है ना तो अकाली दल ने कहना है भी पंथ खतरे च है, सिख पोलराइज हो जाण, तो कांग्रेस ने कहना है भी पाकिस्तान का मतलब उन्होंने डर विखाउणा है, और कित ना कि शहरी वर्ग में कितने ना कि कंसोलीडेट करना, उन्होंने पोलराइज करना, ये उन्हें मुद्दों तो पटकाउणा, बेसिक मुद्दे तो उत्थे ही खड़े आ, बेरोजगारी का आ, किसानां दे आत्महत्या का आ, किसान धरनियां ते बैठे आ, मतलब घर घर नौकरी का आ, एवरीथिंग उत्थे ही खड़ा है ना सारा, पंजाब का कर्जा भी उत्थे ही खड़ा है, पंजाब के इंस्टीट्यूशनस जिहड़े फाइनैंशियल क्राइसिस चल रहे आ उत्थे ही खड़े आ, अच्छा इंडस्ट्री कोई नवी लगी नहीं, परसनैलिटी बेस्ड इलैक्शन होंदे रहे आ के पी जी पिछले 20-25 साल पंजाब च, उहदा खमियाजा पंजाब नूं भुगतना पिया, उहदे च की हुंदा है भी इह दो तीन परिवार जिहड़े वड्डे आ ना आपस सारे रिश्तेदार है, इह लोकां नूं बेसिक मुद्दियां तों भटका दिंदे आ, इन्हों लगता लोगों को यह साबित कर हजे तक कामयाब रहे भी राज असी कर सकते हैं, बाकी कोई नहीं कर सकता, असी तो मतलब पॉजिटिवली उन्होंने शुभकामनावां दित्तियां, चन्नी साहब ये चंगा बदलाव होया, मतलब एपरीशिएट किया असी इस गल का, बशर्ते भी वह एजेंडे ते कम करन जेड़ा मैनीफेस्टो 2017 च गया सी, लेकिन होना नहीं। कंग साहब तुसीं हुण फिर जेड़ा तुहाडा सवाल सी भी सिक्योरिटी थ्रैट पंथ खतरे च मतलब कित ना कि पाकिस्तान तो खतरा, ये खाम खां के जोड़े इशू आदे पंजाब नू बदनाम इन्होंने करना, पंजाबियों अपनी सत्ता हासिल कर। तुसी कह रहे हो कि पोलराइजेशन कर दी है तेरा, तुसी कह रहे हो ना कंग साहब? यस, तुहाडे लीडर ने इत्थे आखिया सिख चेहरा होना चाहिए, ये पोलराइजेशन नहीं है। एक मिनट सर सुन लो कंग साहब सुन लो, तुसी उत्तराखंड के जाके कहा कि इनू हिंदुओं की अध्यात्मक राजधानी बनानी है, वो पोलराइजेशन नहीं हैगी? नहीं नहीं मोदी साहब की ਮਾਈਨੋਰਟੀ ਕਿਤੇ ਨਾ ਕਿਤੇ ਇਨਸਿਕਿਉਰ ਫੀਲ ਕਰਦੀ ਆ। ਫਿਰ ਸਰ ਜਿਹੜੀ ਜੁੜਜੀ ਕਮਿਊਨਿਟੀ ਹੈਗੀ ਆ ਪੰਜਾਬ ਦੇ ਵਿੱਚ, ਜਿਹੜੀ ਪੰਜਾਬ ਵਿੱਚ ਇੰਨੀ ਭਾਈਚਾਰਕ ਸਾਂਝ ਹੈ, ਉਸ ਤੰਦ ਨੂੰ ਤੋੜਨ ਦੀ ਤੁਸੀਂ ਨਹੀਂ ਕੋਸ਼ਿਸ਼ ਕੀਤੀ? ਤਾਂ ਪੰਜਾਬ ਦੀ ਤੰਦ ਟੁੱਟੀ ਨਾ ਪਹਿਲਾਂ ਟੁੱਟੀ ਹੈ ਤੇ ਨਾ ਹੁਣ ਟੁੱਟਣੀ ਆ। ਗੱਲ ਇਹ ਆ ਵੀ ਇਲੈਕਸ਼ਨ ਤੇ ਆ ਕੇ ਪੰਜਾਬ ਦਾ ਮਾਹੌਲ ਖਰਾਬ ਕਰਕੇ ਕਿਤੇ ਨਾ ਕਿਤੇ ਪਾਰਟੀਆਂ ਨੇ ਫਾਇਦਾ ਲਿਆ ਹਜੇ ਤੱਕ। ਠੀਕ ਹੈ ਪ੍ਰੋਫੈਸਰ ਮਨਜੀਤ ਸਿੰਘ, ਇਹ ਸਾਰੀਆਂ ਪੋਲੀਟੀਕਲ ਪਾਰਟੀਆਂ ਪੰਜਾਬ ਨੂੰ ਡਰ ਦਾ ਇੱਕ ਦਿਖਾਵਾ, ਡਰ ਦਾ ਇੱਕ ਡਰਾਵਾ ਉਸ ਤਰੀਕੇ ਨਾਲ ਪੇਸ਼ ਕਰਦੀਆਂ ਪਈਆਂ, कोई पाकिस्तान तो अलर्ट कहता हो जाओ, कोई कहता पंथ नूं खतरा, कोई कहता पंजाब का माहौल ना खराब करो, कोई कहता भाईचारक सांझ टुट सकती है पंजाब की, कोई किसान संघर्ष नूं विच लिआउंदा नैशनल सिक्योरिटी नाल जोड़ दिंदा। प्रोफेसर मनजीत सिंह, ये पंजाब नूं ये लोग डरा क्यों रहे हैं? ये वो पंजाब है जिहड़ा किसी तों डरदा नहीं? प्रोफेसर मनजीत सिंह, क्योंकि करना कुछ नहीं है। हाँ जी, कुछ इन्हां कोल इन्ना ईमानदार हो, पॉजिटिव एजेंडा होवे, लोकां को लैके जाण, लोक इन्हां दे गल च हार पाउण, जिहड़े फुल्लां दे हार मतलब असली हार पाउण ते कालियां झंडियां इन्हां नूं ना दिखाउण, इन्हां दी मुर्दाबाद ना करन, ते इह तां हो रिहा, इक पार्टी दा होया दूजियां दा वी, लोकां दे मनां तों पार्टियां लथ गईआं, हुण वोटां ते लैण जाणा ही जाणा, ते वोटां किवें लैण, झंडियां तों बाहर जाके इहो जिहियां बेकरतूतियां जिहियां गल्लां लगदियां, पर इह गल फैक्ट है कि अज दी तरीक दे विच जातां दे धर्म तो अलावा होर तीजा फैक्टर काउंट नहीं हुंदा, भावें वह जिहड़े सफालोजिस्ट आ
कि किनू किनिया वोटा पैनिया वो अपने तय करते भी कितने कितने कौन आ बरादरिया जात सारा कुछ उसनू ही एक्टिवेट करके। मैं प्रसमजीत सिंह एक सीधा सवाल कर ला, प्रसमजीत सिंह हो सकता ये सवाल तुम्हें शायद पसंद भी ना आए बाला, पर मैं पूछने का मन करता पा मेरा। प्रसमजीत सिंह कितने सारिया धिर किसान मुद्दे खेती कानून के मुद्दे पासे करने लिए सारिया बहसा तो नहीं छेड़ रही? इसका तो नहीं सीधा लिंक जरूरी नहीं होगा, पर यह गल फैक्ट हैगी। मैं बड़ी बारी पहला भी कह चुका कि सारिया ही पार्टियां बाई एंड लार्ज जिनी सिंपथी किसान मूवमेंट न दिखादियां अंदरों इस गल से बहुत खुश नहीं है कि वह पूरे तरीके कामयाब हो। कारण आ कि जो तो सत्ता जनता को जाती है किसान को जाती है तो इन्हों की सत्ता उन्नी चौधर खुसदी है एक जवाबदेही तय होंगी है, इस करके दरकिनार रख के बिना लोगों के नोटिस च लिया इस पासे मसले अपने ज्यादा उभार के रखते किसान एक एजेंडे से लड़ रहे हैं। इन्होंने एजेंडे से लड़े तो नहीं है, ठीक है टोकनिज्म कभी दिल्ली चले गए कभी थोड़ा जहा ट्रैक्टर मार्च पंजाब च करता टोकनिज्म है, पर उन्हां वांगू ये धड़ल्ले नाल पार्टियां उन्होंने एजेंडे से किसान के एजेंडे से नहीं लड़िया। जे एक भी पार्टी भावे आम आदमी पार्टी है भावे अकाली दल है भावे कांग्रेस है जे डट के लड़े होंगे तो एक तो छेती काम सिरे चढ़ जाता और दूसरा फिर इन्हों गल्लां नहीं सारे ड्रामेबाजी जी बाकी करनी पैंदी है जातां धर्मां दे नां ते ना करनी पैंदी। पर जिहड़ा एक लास्ट निक्की जी गल जिहड़े कर रहे कैप्टन साहब बार बार सिद्धू ते अटैक करन लई कि पाकिस्तान तो आ गया ये आ गया वह आ गया वह तो थोड़ा अपना रोज बाल्टी दे विच ना भकमा रंग पा के नहाउंदे आ ते ओह दिखाउणा चाहुंदी आ कि मेरे रंग चढ़ी जा रहा है तुसीं देख लो मैनूं बुलाओ ते सही। चलो मैं एक होर छोटा ब्रेक लूँगा, ब्रेक तो बाद असं आखिरी हिस्से में होवांगे। बाल दे वी वाले तीर च किन्ना दम है उस दम ते असं सवाल कर रहे हैं, वापस आ रहे हैं। असीं वड्डा सवाल पुछ रहे पंजाब की सत्ता च नवां कप्तान आउंदे ही बादलां नूं जेल का खतरा क्यों? हरजीत भुल्लर तुसीं वार वार एक गल दोहराउंदे हो सारिया स्टेजा ते सारिया रैलियां दे विच बादल साहब ने जेल कट्टी है बड़े मोर्चे लाए है वह इतिहास है हरजीत भुल्लर श्रोमणी अकाली दल का। पर मेरा सवाल है भुल्लर साहब जे हुण तुहानू जेल भेज देणगे तां की डर है? तुहानू तां फिर भी लोगों ने वोटां पाउणियां ना भुल्लर साहब कि जेल जाणा वोटां घट जाणगियां भुल्लर साहब? नहीं मैं तो केपी जी मना ही नहीं किया है, मैं तो इस गल दे उत्ते कह ही नहीं कि ना भेजो तुसीं जे कसूरवार है तुसीं भेज दो जे तुम वैसे धक्के भेजना चाहते तो भी भेज दो कोई चक्कर नहीं है। बाल साहब ने यही गल कही अज भी तुम अपना चाह पूरा कर लो जो सिद्धू नूं बड़ी खुड़क हो रही है कढ लो अपनी खुड़क ना। नहीं भुल्लर साहब भुल्लर साहब वोटां दा नुकसान तो नहीं होगा जे तुसीं जेल जाने हो सिंपथी वोट है तुहाडे हाथ विच नहीं नहीं लोकां नूं सब पता है। देखो भी ये सारा ड्रामा चल रहा है ठीक है, सिद्धू ने प्रधान बन तो बाद दो महीने ची लोगों का जो चा सी वह लाता और वो अपना चा पूरा करता फिरता। चलो जे मान लो भुल्लर साहब मान लो जे तुहानूं कानून दे जरिए ये जेल च भेज दे चाहे दो घंटे लिए भेज दे चाहे भी दिन भेज दे मैनूं नहीं इस गल का पता भुल्लर साहब उहदे नाल पंजाब नूं कोई नुकसान तो नहीं होगा? करना चाहते हो करन बयानबाजियां ना करो जे कुछ करना तो करके दिखाओ, एवं बयान ना दे चलो साढ़े चार साल तो तुम बयान ही दे जाने हो। अकाली दल तुहानू वार वार चैलेंज कर रहा है अज भी चैलेंज कर रहा है तुहानू हुण तां 20 दिन उन्होंने टाइम लिमिट दसती है खड़ियाल साहब। देखो जे बयान ही दे चारे सिट्स जिहड़ियां फंक्शनल ने वो फंक्शनल ना हुंदियां, डीजीपी इज़ ऑन बेल, आईजी इज़ ऑन बेल, स्पेशल इफ पिटीशन हैज़ बीन फाइल्ड, ए हजे जे गल्लां ही आ तां मैनूं लगदा भी वाकई काम की। दूजी गल ये है कि ए बड़ा कह रहे कर दो फिर स्टेटमेंट्स क्यों दई जांदे हो? स्टेटमेंट देण दी तुहानूं की हो जी आग से तो तुहानूं कादी लोड है? एक मिनट भुल्लर साहब एक मिनट केस चल रहा चलण दोणा एक मिनट भुल्लर साहब ना प्रधान आगे कदी स्टेटमेंट दिंदा एक मिनट भुल्लर साहब बाकी काम कर ले पंजाब दे बड़े काम है एक मिनट भुल्लर साहब कर्जा माफी दा काम है नौकरी दा काम है एक मिनट प्लीज बड़े काम एक मिनट भुल्लर साहब हां खड़े हो इन्हां नूं एक सवाल पूछदा मैं जुडिशरी जे कोर्ट
ਬਾਦਲ ਪਰਿਵਾਰ ਨੂੰ ਮੁਲਜ਼ਮ ਕਰਾਰ ਦੇ ਦਿੰਦੀ ਹੈ, ਕਨਵਿਕਟ ਹੋ ਜਾਂਦੇ ਹੋ, ਕੋਰਟ ਤੁਹਾਨੂੰ ਭਰੋਸਾ ਹੈਗਾ ਤੁਸੀਂ ਅਗਰੀ ਤਾਂ ਕਰੋਗੇ ਨਾ ਉਸ ਆਰਡਰ ਨਾਲ? ਮੈਂ ਸਿਰਫ ਇੰਨਾ ਜਾਣਨਾ ਚਾਹੁੰਦਾ। ਖੜਿਆਲ ਸਾਹਿਬ, ਖੜਿਆਲ ਸਾਹਿਬ ਇੱਕ ਮਿੰਟ, ਮੇਰਾ ਸਵਾਲ ਇਹ ਹੈ ਖੜਿਆਲ ਸਾਹਿਬ, ਤੁਸੀਂ ਕਹਿ ਰਹੇ ਹੋ ਕਿ ਅਸੀਂ ਸਿਟਸ ਬਣਾਈਆਂ ਉਹ ਕੰਮ ਕਰਦੀਆਂ ਪਈਆਂ, ਉਸ ਸਿਟ 'ਤੇ ਵੀ ਸਵਾਲ ਹੈ ਚੁੱਕੇ ਗਏ, ਹਾਈ ਕੋਰਟ ਨੇ ਚੁੱਕੇ, ਸਰ ਮੈਂ ਤਾਂ ਸਵਾਲ ਨਹੀਂ ਚੁੱਕ ਰਿਹਾ ਗਾ। ਬੇਅਦਬੀ ਦੇ ਤਿੰਨ ਮੁਲਜ਼ਮ ਹੈ, ਉਹਨਾਂ ਨੂੰ ਭਗੋੜਾ ਕਰਾ ਦਿੱਤਾ ਗਿਆ, ਤੁਹਾਨੂੰ ਪਤਾ ਹੈ ਫਰੀਦਕੋਟ ਦੀ ਕੋਰਟ ਨੇ ਫੈਸਲਾ ਸੁਣਾਇਆ, ਤੁਸੀਂ ਕਹਿ ਰਹੇ ਹੋ ਸਰਕਾਰ ਨੇ ਕੰਮ ਕੀਤਾ, ਪੁਲਿਸ ਨੇ ਕੰਮ ਕੀਤਾ, ਸੁਰੱਖਿਆ ਏਜੰਸੀਆਂ ਨੇ ਕੰਮ ਕੀਤਾ, ਖੜਿਆਲ ਸਾਹਿਬ ਭਗੋੜਾ ਕਰਾਰ ਹੋ ਜਾਂਦਾ ਬੰਦਾ, ਉਹ ਤੋਂ ਬਾਅਦ ਪੁਲਿਸ ਵੀ ਮਗਰ ਲੱਗਦੀ ਹੈ ਤੇ ਫੜ ਕੇ ਵਾਪਸ ਵੀ ਲੈ ਕੇ ਆਉਂਦੀ ਹੈ। ਦੂਜੀ ਗੱਲ, ਉਹਨੂੰ ਪ੍ਰੋਕਲੇਮਡ ਆਫੈਂਡਰ ਕਹਿੰਦੇ ਆ ਤੇ ਉਹ ਆਲਰੇਡੀ ਆਨਗੋਇੰਗ ਹੈ। ਤੁਹਾਨੂੰ ਇਹ ਪਤਾ ਵੀ ਕਿੰਨੇ ਲੋਕ ਬੇਲ ਤੇ ਹੈ, ਕਿੰਨੇ ਪ੍ਰਾਈਵੇਟ ਲੋਕ ਫੜੇ ਗਏ, ਕਿੰਨੇ ਸਰਕਾਰੀ ਫੜੇ ਗਏ। ਦੂਜੀ ਗੱਲ, ਤੁਸੀਂ ਸਰ ਖੜਿਆਲ ਸਾਹਿਬ, ਖੜਿਆਲ ਸਾਹਿਬ ਪੰਜਾਬ ਦੇ ਲੋਕਾਂ ਦਾ ਸਵਾਲ ਹੈ ਸਰ, ਤੁਸੀਂ ਤੁਸੀਂ ਇੱਕ ਬੰਦਾ ਦੱਸ ਦਿਓ, ਨਹੀਂ ਖੜਿਆਲ ਸਾਹਿਬ ਇੱਕ ਬੰਦਾ ਦੱਸ ਦਿਓ ਜਿਹੜਾ ਬੇਅਦਬੀ ਦਾ ਮੁਲਜ਼ਮ ਹੈ, ਜਿਹੜਾ ਉਹ ਕਟਹਿਰੇ ਵਿੱਚ ਖੜਾ ਕਰਕੇ ਉਹਨੂੰ ਸਜ਼ਾ ਸੁਣਾਈ ਜਾ ਚੁੱਕੀ ਹੋਵੇ, ਕੋਈ ਇੱਕ ਬੰਦਾ ਦੱਸ ਦਿਓ ਜਿਹੜਾ ਗੋਲੀਕਾਂਡ ਦੇ ਵਿੱਚ ਕਟਹਿਰੇ 'ਚ ਖੜਾ ਹੋ ਕੇ ਸਜ਼ਾ ਦੇ ਨੇੜੇ ਪਹੁੰਚਿਆ ਹੋਵੇ, ਕੋਈ ਇੱਕ ਬੰਦਾ ਦੱਸ ਦਿਓ। ਖੜਿਆਲ ਸਾਹਿਬ 4.5 ਸਾਲ ਤੁਹਾਡੀ ਸਰਕਾਰ ਰਹੀ ਹੈ, ਮੈਂ ਕੀ ਵੀ ਜਵਾਬ ਦਿੰਦਾ, ਮੈਨੂੰ ਸੁਣ ਪਾ ਰਹੇ ਹੋ? ਬੋਲੋ ਬੋਲੋ ਬੋਲੋ। ਤੁਸੀਂ ਕਿਹਾ ਵੀ ਦੱਸ ਦਿਓ ਕਿਹਨੂੰ ਕਟਹਿਰੇ 'ਚ ਖੜਾ ਕਰਕੇ ਕਿਹਨੂੰ ਸਜ਼ਾ ਹੋਊਗੀ, ਹੁਣ ਮੈਨੂੰ ਇਹ ਗੱਲ ਦੱਸੋ ਤੁਹਾਡੇ ਯਾਰ ਇਸ ਪਾਸੇ ਨੂੰ ਕਰੂਗਾ, ਮੈਂ ਕੋਰਟ ਹੈ ਜਾਂ ਸਰਕਾਰ ਕੋਰਟ ਹੈ, ਇਹ ਫੈਸਲਾ ਕੋਰਟ ਦਾ ਹੈ, ਅਸੀਂ ਤਾਂ ਸਿੱਟ ਬਣਾ ਸਕਦੇ ਹਾਂ। ਚਲੋ ਫਿਰ ਖੜਿਆਲ ਸਾਹਿਬ, ਖੜਿਆਲ ਸਾਹਿਬ, ਖੜਿਆਲ ਸਾਹਿਬ, ਠੀਕ ਹੈ ਤੁਹਾਡੀ, ਖੜਿਆਲ ਸਾਹਿਬ ਤੁਹਾਡੀ ਗੱਲ ਠੀਕ ਹੈ, ਪਲੀਜ਼ ਇੱਕ ਮਿੰਟ, ਪਲੀਜ਼ ਭੁੱਲਰ ਸਾਹਿਬ, ਖੜਿਆਲ ਸਾਹਿਬ, ਖੜਿਆਲ ਸਾਹਿਬ ਤੁਹਾਡੀ ਗੱਲ ਬਿਲਕੁਲ ਸਹੀ ਹੈ, ਖੜਿਆਲ ਸਾਹਿਬ ਮੈਂ ਜ਼ਰੂਰ ਗੈਦਰ ਕਰਨਾ ਹੈ, ਖੜਿਆਲ ਸਾਹਿਬ ਮੈਂ ਜ਼ਰੂਰ ਗੈਦਰ, ਇੱਕ ਮਿੰਟ ਭੁੱਲਰ ਸਾਹਿਬ, ਪਲੀਜ਼ ਭੁੱਲਰ ਸਾਹਿਬ, ਜ਼ਰੂਰ ਜਿਹੜੀ ਸਿੱਟ ਨੇ ਉਹਨੇ ਲਾਉਣੀ ਹੈ, ਖੜਿਆਲ ਸਾਹਿਬ ਸਿੱਟ ਬਣਾਈ, ਇਨ ਟਾਈਮ ਬਣਾਈ, ਔਨ ਟਾਈਮ ਚਲਾਨ ਪੇਸ਼ ਹੋਇਆ, ਉਹ ਤੋਂ ਬਾਅਦ ਕੋਰਟ ਦਾ ਕੰਮ ਹੈ ਸਜ਼ਾ ਦੇਣਾ। ਖੜਿਆਲ ਸਾਹਿਬ ਸੁਣੋ ਨਾ, ਖੜਿਆਲ ਸਾਹਿਬ ਸੁਣੋ ਨਾ, ਖੜਿਆਲ ਸਾਹਿਬ, ਖੜਿਆਲ ਸਾਹਿਬ ਤੁਸੀਂ ਬਿਲਕੁਲ ਸਹੀ ਕਿਹਾ, ਮੈਂ ਸਹਿਮਤ ਹਾਂ ਤੁਹਾਡੇ ਨਾਲ, ਇਹ ਕੰਮ ਕਾਨੂੰਨ ਨੇ ਕਰਨਾ, ਫਿਰ ਤੁਸੀਂ ਬਿਆਨ ਤਾਂ ਦੇ ਨੇ, ਤੁਸੀਂ 2017 ਚ ਕਿਉਂ ਬਿਆਨ ਦਿੱਤੇ, ਅੰਦਰ ਡੱਕ ਦਾਂਗੇ ਅਸੀਂ। ਮੈਨੂੰ ਮੇਰੀ ਗੱਲ ਸਮਝੋ, ਸਰਕਾਰ ਨੇ ਸਿੱਟ ਬਣਾਉਣੀ ਹੈ, ਗੈਦਰ ਕਰਨਾ ਐਵੀਡੈਂਸ, ਪੁਲਿਸ ਨੇ ਗੈਦਰ ਕਰਨਾ ਹੈ, ਉਹ ਤੋਂ ਬਾਅਦ ਇਟ ਇਜ਼ ਇਨ ਦਾ ਕੋਰਟ ਕਿ ਕਦੋਂ ਫੈਸਲਾ ਆਊਗਾ, ਉਹ ਅਸੀਂ ਨਹੀਂ ਕਰ ਸਕਦੇ, ਉਹ ਕੋਰਟ ਦਾ ਕੰਮ ਹੈ। ਚਲੋ, ਸਰਕਾਰ 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 ਸਿੱਧਾ ਜੇਲ੍ਹਾਂ 'ਚ ਨਹੀਂ ਡੱਕ ਸਕਦੀ ਨਾ ਕਿਸੇ ਨੂੰ ਵੀ, ਕਾਨੂੰਨ ਦੇ ਜ਼ਰੀਏ ਹੋਊਗਾ। ਜਿਹੜਾ ਸਵਾਲ ਉਹਨਾਂ ਨੇ ਕੀਤਾ ਉਹਦਾ ਜਵਾਬ ਦੇਣਾ ਚਾਹੁੰਦੇ? ਹਾਂ, ਉਹਦਾ ਜਵਾਬ ਵੀ ਦੇਣਾ ਚਾਹੁੰਦਾ। ਲਾਸਟ ਪੁਆਇੰਟ, ਚਲੋ ਸਾਡੀ ਤੇ ਸਰਕਾਰ ਨਹੀਂ ਆਈ ਕੇਪੀ ਜੀ, ਅਸੀਂ ਤੇ ਇਹ ਕਿਹਾ ਵੀ ਸਾਡੀ ਸਰਕਾਰ ਆਊਗੀ ਤੇ ਨਸ਼ਿਆਂ ਦੇ ਸੌਦਾਗਰ ਵੀ ਪਿੱਛੇ ਜਾਣਗੇ, ਜਿਹੜੇ ਗੁਰੂ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਉਹ ਵੀ ਪਿੱਛੇ ਜਾਣਗੇ, ਜਿਹੜੇ ਬ੍ਰੇਨ ਡਰੇਨ ਲਈ, ਪੰਜਾਬ ਦੇ ਕਰਜ਼ੇ ਲਈ, ਪੰਜਾਬ ਦੇ ਕਿਸਾਨਾਂ ਦੀ ਆਤਮ ਹੱਤਿਆ ਲਈ ਜ਼ਿੰਮੇਵਾਰ ਸਾਰੇ ਜਾਣਗੇ, ਪੰਜਾਬ ਦੇ ਸਰਮਾਏ ਨੂੰ ਲੁੱਟਣ ਵਾਲੇ ਵੀ, ਅਸੀਂ ਉਹਨਾਂ ਨੂੰ ਸਜ਼ਾ ਮਿਲੂਗੀ, ਮਾਫੀਆ, ਰੇਤ ਮਾਫੀਆ, ਟਰਾਂਸਪੋਰਟ ਮਾਫੀਆ। ਲੇਕਿਨ 4.5 ਸਾਲ ਸਰਕਾਰ ਤੇ ਕਾਂਗਰਸ ਦੀ ਰਹੀ ਆ, ਤੇ ਬਚਣਾ ਤੇ ਇਹਨਾਂ ਨੂੰ ਚਾਹੀਦਾ, ਸਾਬਿਤ ਤੇ ਇਹਨਾਂ ਨੂੰ ਕਰਨਾ ਚਾਹੀਦਾ ਨਾ ਵੀ ਕਿਉਂ ਨਹੀਂ ਇਹਨਾਂ ਨੇ ਟੰਗਿਆ। ਜੇ ਸਾਡੀ ਸਰਕਾਰ ਹੁੰਦੀ ਤਾਂ ਅਸੀਂ ਟੰਗਦੇ, ਸਾਡੇ ਕੋਲ ਕੀ ਸੀ? ਸਾਡੇ ਤਾਂ ਮੁੱਖ ਮੰਤਰੀ ਹੈ ਕਿ ਕਾਨੂੰਨ ਨੇ ਆਪਣਾ ਕੰਮ ਕਰਨਾ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਵੀ ਇਹੀ ਗੱਲ ਬਾਰ ਬਾਰ ਕਹਿੰਦੇ ਆ, ਮੈਂ ਇਹ ਕਹਿ ਰਿਹਾ ਕਿ ਕਾਨੂੰਨ ਦੇ ਜ਼ਰੀਏ ਉਹਨਾਂ ਨੂੰ ਅੰਦਰ ਕਰਨਾ, ਮੈਂ ਪੋਲੀਟੀਕਲ ਵੈਂਡੇਟਾ ਵਿੱਚ ਨਹੀਂ ਪੈਣਾ ਚਾਹੁੰਦਾ ਗਾ। ਹੁਣ ਸੁਖਬੀਰ ਸਿੰਘ ਬਾਦਲ ਨੇ ਵੀ ਪੋਲੀਟੀਕਲ ਵੈਂਡੇਟਾ ਵਾਲਾ ਬਿਆਨ ਦਿੱਤਾ, ਤੁਹਾਨੂੰ ਕੀ ਲੱਗਦਾ ਸਰਕਾਰ ਟੰਗ ਸਕਦੀ ਹੈ? ਉਹ ਮੈਂ ਇਹ ਕਹਿ ਰਿਹਾ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਗੱਦੀ ਤੋਂ ਜਿਹੜਾ ਲੱਥਣ ਦਾ ਦੁੱਖ ਇੰਨਾ ਰੂਸਾ ਆਲਮ ਨੂੰ ਨਹੀਂ ਹੋਇਆ ਜਿੰਨਾ ਸੁਖਬੀਰ ਸਿੰਘ ਬਾਦਲ ਨੂੰ ਹੋਇਆ, ਕਿਉਂਕਿ ਇਹਨਾਂ ਨੂੰ ਹੁਣ ਡਰ ਸਤਾ ਰਿਹਾ ਹੈ ਵੀ ਖੁਦਾ ਨਾ ਖਾਸਤਾ, ਲੇਕਿਨ ਅਸੀਂ ਉਮੀਦ ਕਰਦੇ ਹਾਂ ਚੰਨੀ ਸਾਹਿਬ ਤੋਂ ਵੀ ਬੇਅਦਬੀ ਵਾਲਿਆਂ ਨੂੰ ਵੀ ਟੰਗੋ, ਨਸ਼ੇ ਦੇ ਸੌਦਾਗਰ ਜਿਹੜੇ ਵੱਡੇ, ਜਿਹੜੀਆਂ ਵੱਡੀਆਂ ਮੱਛੀਆਂ ਉਹਨਾਂ ਨੂੰ ਵੀ ਟੰਗੋ, ਰੇਤ ਮਾਫੀਆ ਵਾਲਿਆਂ ਨੂੰ ਵੀ ਟੰਗੋ, ਟਰਾਂਸਪੋਰਟ ਮਾਫੀਆ ਜਿਹ 'ਚ PRTC ਘਾਟੇ ਚੱਲ ਰਹੀ ਆ, ਪ੍ਰਾਈਵੇਟ ਵਾਧੇ ਚੱਲ ਰਿਹਾ, ਉਹਨਾਂ ਨੂੰ ਵੀ ਟੰਗੋ, ਔਰ ਜਿਹੜੇ ਸਾਡੇ ਨੌਜਵਾਨਾਂ ਲਈ ਮਾਈਗ੍ਰੇਸ਼ਨ ਲਈ ਜ਼ਿੰਮੇਵਾਰ ਹੈ ਉਹਨਾਂ ਨੂੰ ਵੀ ਟੰਗੋ, ਅਸੀਂ ਉਮੀਦ ਰੱਖਦੇ ਹਾਂ ਕਾਂਗਰਸ ਸਰਕਾਰ। ਹਾਂ, ਪ੍ਰਸਮਨਜੀਤ ਸਿੰਘ ਬੋਲੋ। ਮੈਂ ਤੇ ਇਹੀ ਗੱਲ ਕਹਿਣੀ ਚਾਹੁੰਦਾ KP ਸਿੰਘ ਕਿ ਪਾਰਟੀਆਂ ਦਾ ਕੋਈ ਕਾਨੂੰਨ ਦੇ ਵਿੱਚ ਭਰੋਸਾ ਹੀ ਨਹੀਂ ਹੈਗਾ, ਕਿ ਜੇ ਕਾਨੂੰਨ 'ਚ ਭਰੋਸਾ ਹੋਵੇ ਤੇ ਫਿਰ ਇਸ ਤਰੀਕੇ ਨਾਲ ਜਿਹੜੇ ਮੈਂ ਸ਼ੁਰੂ 'ਚ ਹੀ ਗੱਲ ਕਹੀ ਸੀਗੀ ਕਿ ਕਿਸੇ ਨੂੰ ਖੂੰਡਾ ਦਿਖਾਉਣਾ ਤੇ ਮੈਂ ਇਹਨਾਂ ਨੂੰ ਜੇਲ 'ਚ ਸੁੱਟ ਦੂੰਗਾ। ਪ੍ਰਸਮਨਜੀਤ ਸਿੰਘ, ਸਰ ਮੈਂ ਕਿਉਂ ਵਾਰ-ਵਾਰ ਇਹ ਸਵਾਲ ਕਰਦਾ ਪਿਆ ਕਾਨੂੰਨ ਵਾਲਾ? ਮੈਂ ਗਲਤ ਸਵਾਲ ਕਰਦਾ ਪਿਆ? ਨਾ ਤਾਂ ਬਿਲਕੁਲ ਤੁਸੀਂ ਠੀਕ ਕਰ ਰਿਹਾ, ਅਸਲੀ ਤੇ ਸਵਾਲ ਹੀ ਇਹੋ ਬਣਦਾ ਆ ਕਿ ਜਦੋਂ ਕਾਨੂੰਨ ਦਾ ਰਾਜ ਨਹੀਂ ਹੋਊਗਾ KP ਸਿੰਘ, ਤੇ ਆਮ ਬੰਦਾ ਤੇ ਉਹਦੇ 'ਚ ਦਰੜਿਆ ਜਾਊਗਾ। ਇਹ ਤੇ ਹੁਣ ਇਨਸਾਨਾਂ ਦੇ ਪੇੜ ਆ, ਕਦੀ ਪੈ ਗਿਆ ਕੈਪਟਨ ਨਾਲ, ਕੈਪਟਨ ਨੂੰ ਚੱਕ ਕੇ ਥੱਲੇ ਪਟਕ ਦਿੱਤਾ, ਹੁਣ ਆ ਗਿਆ ਉਹਦੇ ਅੱਗੇ ਸੁਖਬੀਰ ਬਾਦਲ। ਇਹ ਕੋਈ
पुराने राजां महाराजां दे ताड़ियां दा कोई राज थोड़ी है, ते कानून दा राज होना चाहिए। पर जदों हुण ब्यूरोक्रेसी दा जिहड़ी साडी अफसर छाई आ पुलिस दा इन्ना ज्यादा सियासीकरण हो जूगा कि वह भी एक दूजे नूं दसी जांदे आ आ जी फलाने ने कहा, कोई सुखबीर बादल को चले जांदे आ, कोई इन्हां नूं भरोसा दे दिंदे कि सानूं लाओ तो सही असीं दहां देणा जां मौर सेक देंगे सुखबीर बादल दे, कुछ इन्हां नूं कही जांदे होणगे कि सानूं एक वारी सत्ता दे दिओ क्योंकि साडा ते इन्हां दा निजी फायदा ते उस गल च आ। कानून की किसी नूं कोई परवाह नहीं जिहदे विच आम बंदा दरड़िया जा रहा, इस करके इंसाफ मिलता नहीं। बरगाड़ी वाला इशू का पूरा सियासीकरण हो चुका, सियासी लाहा लई बयान दिते जा रहे आ। बहुत धन्यवाद प्रसम अजीत सिंह, ते सारे मनां दा भी असीं धन्यवाद करते हैं। जिवें प्रसम अजीत सिंह ने अखीर विच कहा कि कानून दा राज होना चाहिए, पर सियासत है आपदे तरीके नाल बयानबाजियां करती है, तो सियासत नूं किहड़ा डर है जां नहीं डर हैगा जां तुहानूं डराया जा रहा है, बहुत सारे सवाल होण के, पर इह सारे सवाल है जिहड़े वोटां दी गिनती मिनती नाल जुड़े हुए हैं। इस करके इहनूं समझो, इस करके सवाल कीता सीगा बादल दे 20 वाले तीर च किहना दम हैगा, इस दम दे विचाले सीधा सीधा चैलेंज किया जा रहा है सरकार नूं, ते सरकार अगों की जवाब देवेगी, सरकार की कार्रवाई करेगी, जिहड़ियां कानून के जरिए यह सारियां जांचां चल रही उस प्रक्रिया के किवें अगे लंघिया जाएगा, सवाल सारे है। पर सवाल 2022 का, तो ये बयान भी उस तल्लुक रखता है। बहुत धन्यवाद।